ਕਿ ਤੇ ਭਾਜਣਾ ਓਏ ਓ ਕੀ ਹੋਇਆ ਅੱਖੀ ਛੁੱਟੀ ਸਾਰੀ ਮਾਸਟਰ ਯਨਾਗਨੀ ਆਈ ਆ ਜਾਓ ਬੱਚਿਓ ਹੋਈਏ ਇਕੱਠੇ ਰਲ ਮਿਲ ਰੌਣ ਕਲਾਈਏ ਰੱਖੋ ਕਿਤਾਬਾਂ ਪੈਨ ਕਾਪੀਆਂ ਦੋ ਪਲ ਮਨ ਪਰ ਚਾਹੀਏ ਸੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਵਿਪਨ ਜੋਸ਼ੀ ਅਤੇ ਅੱਜ ਅਸੀਂ ਆਏ ਹੋਏ ਹਾਂ ਜੀ ਭਿੱਖੀ ਦੇ ਏਰੀਏ ਦੇ ਵਿੱਚ ਸੋ ਸਕੂਲ ਦਾ ਨਾਮ ਹੈਗਾ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਭਿੱਖੀ ਠੀਕ ਹੈ ਸੋ ਧੁੱਪ ਦਾ ਆਨੰਦ ਵੀ ਲਵਾਂਗੇ ਅਸੀਂ ਅਤੇ ਸ਼ੋਅ ਦਾ ਆਨੰਦ ਵੀ ਲਵਾਂਗੇ ਸੋ ਇੱਕ ਵਾਰ ਸਾਰੇ ਬੱਚੇ ਬੋਲਣਗੇ ਬੇਟਾ ਸ਼ੋਅ ਦਾ ਨਾਮ ਹੈ ਹਾਂਜੀ ਅੱਧੀ ਛੁੱਟੀ ਸਾਰੀ ਸੋ ਆਪਣਾ ਜਿਹੜਾ ਇਹ ਸ਼ੋਅ ਹੈ ਅੱਧੀ ਛੁੱਟੀ ਸਾਰੀ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 7 ਵਜੇ ਅਤੇ ਰਿਪੀਟ ਟੈਲੀਕਾਸਟ ਸੰਡੇ ਨੂੰ ਸ਼ਾਮ ਨੂੰ 6 ਵਜੇ MH1 'ਤੇ ਚੱਲਦਾ ਹੁੰਦਾ ਸੋ ਸਾਰੇ ਜਣੇ ਜ਼ਰੂਰ ਦੇਖਿਆ ਕਰੋ ਜਿਹੜੇ ਜਿਹੜੇ ਨਹੀਂ ਦੇਖਦੇ ਸੋ ਵੈਸੇ ਸਾਰੇ ਬੱਚੇ ਦੇਖਦੇ ਨੇ ਸੋ ਬੇਟਾ ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਸ਼ੋਅ ਅੱਧੀ ਛੁੱਟੀ ਸਾਰੀ ਲਈ ਕਿਆ ਬਾਤ ਹੈ ਜੀ ਕਿਆ ਬਾਤ ਹੈ ਸੋ ਪਰਮਾਤਮਾ ਕਰੇ ਸਾਰਿਆਂ ਦੇ ਚਿਹਰਿਆਂ 'ਤੇ ਹਾਸੀ ਬਣੀ ਰਹੇ ਖੁਸ਼ ਰਹਿਣ ਸਾਰੇ ਸੋ ਜ਼ੋਰਦਾਰ ਤਾੜੀਆਂ ਜਿਹੜੇ ਪਹਿਲੇ ਬੱਚੇ ਆ ਰਹੇ ਨੇ ਸੋ ਜ਼ੋਰਦਾਰ ਤਾੜੀਆਂ ਨਾਲ ਭੈਣਾਂ ਲਈ ਕੰਨਿਆ ਦੇਵੀਆਂ ਆਈਆਂ ਪਹਿਲਾਂ ਮੱਥਾ ਟੇਕ ਲਓ ਸੋ ਜਦੋਂ ਆਪਣਾ ਤਿਉਹਾਰ ਹੁੰਦੇ ਨੇ ਨਾ ਛੋਟੇ ਛੋਟੇ ਉਦੋਂ ਕੰਨਿਆ ਮਿਲਦੀਆਂ ਨਹੀਂ ਹੁੰਦੀਆਂ ਕਿ ਭਾਲਦੇ ਫਿਰਦੇ ਹੁੰਦੇ ਨੇ ਵੀ ਸਾਡੇ ਵੀ ਭੇਜ ਦਿਓ ਜੀ ਕੰਚਕਾਂ ਨੂੰ ਰੋਟੀ ਖਵਾਇਆ ਕਰਦੇ ਜਦੋਂ ਆਪਾਂ ਉਦੋਂ ਉੱਥੇ ਆਉਂਦੀਆਂ ਨਹੀਂ ਹੁੰਦੀਆਂ ਜਵਾਖੜੀਆਂ ਉਹ ਐਂ ਬੈਗ ਭਰ ਕਹਿੰਦਾ ਵਿੱਚੇ ਕੇਲੇ ਵਿੱਚੇ ਸਿਓ ਜਿਹੜੇ ਦਿੰਦੇ ਨੇ ਜਵਾਕ ਘਰ ਜਵਾਕਾਂ ਨੂੰ ਸੋ ਹਾਂਜੀ ਬੇਟਾ ਨਾਮ ਕੀ ਹੈ ਰੁਪਿੰਦਰ ਕੌਰ ਤੁਹਾਡਾ ਦਨਵੀ ਬੰਸਲ ਦਨਵੀ ਬੰਸਲ ਦਾ ਠੀਕ ਹੈ ਬੇਟਾ ਦੰਦ ਕਿੱਥੇ ਨੇ ਦਨਵੀ ਦੇ ਨਿਕਲ ਗਏ ਨਿਤਲ ਦੇ ਕਿੱਥੇ ਨਿਤਲ ਦੇ ਨਿਕਲ ਗਏ ਕਿਵੇਂ ਨਿਕਲ ਗਏ ਪਤਾ ਨਹੀਂ ਲੱਗੇਗਾ ਚਲੋ ਕੋਈ ਨਹੀਂ ਕੀ ਕਰਕੇ ਦਿਖਾਓਗੇ ਬੋਲੀਆਂ ਸੁਣਾਓਗੇ ਚਲੋ ਪਹਿਲਾਂ ਬਿਨਾਂ ਦੰਦ ਵਾਲੇ ਕੁੜੀ ਦੀ ਬੋਲੀ ਸੁਣਦੇ ਆ ਸਾਰਾ ਸੋਰ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਸਾਰਾ ਸੋਰ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਨਿਗਚਗੀ ਵੀਰੇ ਤੇ ਮੋਟੀ ਹੁੰਦੀ ਜਾਂਦੀ ਨਿਗਚਗੀ ਵੀਰੇ ਤੇ ਮੋਟੀ ਹੁੰਦੀ ਜਾਂਦੀ ਨੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਅਸੀਂ ਨਾ ਸਕੂਲਾਂ ਦੇ ਵਿੱਚ ਜਾਂਦੇ ਹਾਂ ਹੁਣ ਪ੍ਰੋਗਰਾਮ ਕਰਦੇ ਹਾਂ ਅਸੀਂ ਕਈ ਵਾਰ ਕੈਮਰੇ ਵਾਲੇ ਮੁੰਡੇ ਨਾਲ ਵੀ ਗੱਲਬਾਤ ਕਰ ਰਹੇ ਹੁੰਦੇ ਹਾਂ ਬੱਚੇ ਲਗਭਗ ਬੋਲੀਆਂ ਸਾਰਿਆਂ ਦੀ ਇੱਕੋ ਜਿਹੀ ਹੁੰਦੀਆਂ ਨਾ ਇੱਕ ਇਹ ਇੱਕ ਉਹ ਹੁੰਦਾ ਹਰਾ ਹਰਾ ਮੋਰ ਮੇਰੀ ਚੀਚੀ ਉੱਤੇ ਬਹਿ ਗਿਆ ਪਤਾ ਨਹੀਂ ਨਾ ਛੂੰ ਛਾਂ ਕਰਕੇ ਉਡਾ ਦਿੰਦੀ ਹਾਂ ਸੋ ਇਸ ਕਰਕੇ ਵੀ ਅੱਧੀਆਂ ਬੋਲੀਆਂ ਸਾਡੇ ਵੀ ਯਾਦ ਹੋ ਗਈਆਂ ਮੂੰਹ ਜਵਾਨੀ ਹੈ ਨਾ ਵਿਆਹ ਬੂਹਾਂ 'ਚ ਜਾਂਦੇ ਜਦੋਂ ਇੱਕ ਦੋ ਬੋਲੀ ਅਸੀਂ ਵੀ ਛੱਡ ਦਿੰਦੇ ਵਿੱਚ ਦੀ ਬੋਲੀਆਂ ਇੰਨੀਆਂ ਜਵਾਕ ਪਾਉਂਦੇ ਨੇ ਹਾਂਜੀ ਪੁੱਤ ਤੁਹਾਡੀ ਵਾਰੀ ਇੱਕ ਚਾਹ ਦੀ ਪੂੜੀ ਇੱਕ ਖੰਡ ਦੀ ਪੂੜੀ ਆ ਜਾ ਦੋਵੇਂ ਨੱਚੀਏ ਚਾਹੇ ਚਾਚੇ ਦੀ ਕੁੜੀ ਤੁਹਾਡੇ ਘਰੇ ਕੌਣ ਕੌਣ ਹੈ ਪਰਿਵਾਰ ਚ ਮੰਮਾ ਪਾਪਾ ਬਈਆ ਦਾਦੂ ਦਾਦੀ ਚਾਚੀ ਚਾਚੂ ਖਾਸ ਹੀ ਲੁੰਗ ਲਾਣਾ ਇਕੱਠਾ ਕਰੀ ਫਿਰਦੇ ਹੋ ਪੁੱਤ ਜਿਹੜਾ ਬਈਆ ਹੈਗਾ ਉਹ ਝਾਰਖੰਡ ਵਾਲਾ ਕਿ ਬਿਹਾਰ ਵਾਲਾ ਬਈਆ ਬ੍ਰਦਰ ਨੂੰ ਕਿਹਾ ਕਿ ਬਈਆ ਦੂਜਾ ਜਿਹੜਾ ਆਪਣਾ ਬਾਹਰੋਂ ਮਤਲਬ ਜੀਰੀ ਟੈਪ ਵਾਲੇ ਨੇ ਬ੍ਰਦਰ ਨੂੰ ਉਰੇ ਇੱਥੇ ਪੜ੍ਹਦੇ ਨੇ ਕਿ ਹੋਰ ਕਿਤੇ ਯਹਾਂ ਪਰ ਹੀ ਛੋਟਾ ਛੋਟਾ ਹੈ ਕੀ ਨਾਮ ਹੈ ਦਵੀਸ਼ ਕਿੱਥੇ ਆ ਬਈਆ ਹੈਗਾ ਉਰੇ ਪੁੱਤ ਤੇਰੀਆਂ ਸ਼ਿਕਾਇਤਾਂ ਬਹੁਤ ਆਈਆਂ ਨੇ ਤੁਸੀਂ ਲੜਦੇ ਹੋ ਘਰੇ ਆਪਸ 'ਚ ਹਨਾ ਪੱਕਾ ਦੇਖੀ ਹੁਣ ਮੰਨੂਗਾ ਸਾਰਾ ਕੁਛ ਇਹ ਨਾਲ ਇਸੇ ਕਰਕੇ ਸਾਨੂੰ ਸਕੂਲਾਂ 'ਚ ਬੁਲਾਉਂਦੇ ਨੇ ਵੀ ਜਵਾਕਾਂ ਨੂੰ ਮਨਾ ਹੁਣ ਮਨਾਵਾਂਗੇ ਤਾਂ ਦੇਖੀ ਸ਼ਿਕਾਇਤ ਆਈ ਹੈ ਤੇਰੀ ਨਾਲੇ ਤੁਹਾਡੇ ਘਰੋਂ ਹਨਾ ਪੁੱਤ ਲੜਦਾ ਹੁੰਦਾ ਹਨਾ ਬਹੁਤ ਜ਼ਿਆਦਾ ਹਾਂ ਪੁੱਤ ਦੱਸ ਇਹ ਕਿਸ ਕਿਸ ਗੱਲ ਕਰਕੇ ਲੜਦਾ ਹੁੰਦਾ ਹੈਗਾ ਜੈਸੇ ਮੇਰੇ ਅਗਰ ਮੈਂ ਕੋਈ ਚੀਜ਼ ਨਹੀਂ ਦਿੱਤੀ ਬਹੁਤ ਮਾਰਦਾ ਅਗਰ ਮੈਂ ਦੇ ਵੀ ਦਿੱਤੀ ਫਿਰ ਵੀ ਮਾਰਦਾ ਫਿਰ ਪੁੱਤ ਤੂੰ ਐਂ ਕਰ ਅਗਰ ਚੀਜ਼ ਦੇ ਹੀ ਨਾ ਕਰ ਕੁੱਟ ਤਾਂ ਤੇਰੇ ਪੈਣੀ ਹੈ ਫਿਰ ਬਹੁਤ ਜ਼ਿਆਦਾ ਮਾਰਦਾ ਅਜੇ ਫਿਰ ਵੀ ਪੈਣੀ ਹੈ ਵਿਚਾਰੀ ਦੇ ਅੱਛਾ ਇਹ ਤੇਰੇ ਨਾਲ ਲੜਦੀ ਹੁੰਦੀ ਹੈ ਹਾਂ ਕਿਸ ਗੱਲ ਕਰਕੇ
ਮੈਂ ਕੋਈ ਆਪਣੀ ਚੀਜ਼ ਨਹੀਂ ਦਿੱਤਾ ਤਾਂ ਉਹ ਲੜਦੀ ਹੈ। ਅੱਛਾ ਜਦੋਂ ਕੋਈ ਇਹਨੂੰ ਆਪਦੀ ਚੀਜ਼ ਨਹੀਂ ਦਿੰਦਾ ਫਿਰ ਲੜਦੀ ਹੈ। ਅਗਰ ਮੇਰੀ ਇਹਨਾਂ ਨਿਊ ਚੀਜ਼ ਤੋੜਦਾ ਤਾਂ ਮੈਂ ਇਸਕੋ ਬਾਹਰ ਮਾਰਦੀ ਹੂੰ। ਅੱਛਾ ਮਤਲਬ ਘਰ ਨਹੀਂ ਹੈਗਾ ਜਦੋਂ ਦਾ ਬੰਦਾ ਆਉਣਾ ਤੋੜਦਾ ਫਿਰ ਹਨਾ ਸੁੱਤੇ ਉੱਠਦੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਥਾਪੜਾ ਕਿਹੜਾ ਮਾਰ ਗਿਆ। ਸੋ ਕਿਆ ਬਾਤ ਹੈ, ਸੋ ਭੈਣਾਂ ਭਰਾਵਾਂ ਦਾ ਪਿਆਰ ਬਣਿਆ ਰਹੇ, ਲੜਾਈਆਂ ਚੱਲਦੀਆਂ ਰਹਿੰਦੀਆਂ ਨੇ। ਸੋ ਜ਼ੋਰਦਾਰ ਤਾੜੀਆਂ ਨਾ ਤਿੰਨਾਂ ਬੱਚਿਆਂ ਦੇ ਲਈ। ਸੋ ਹਾਂਜੀ ਛੋਟੇ ਛੋਟੇ ਬੱਚਿਆਂ ਨਾਲ ਹੈਰੀਟੇਜ ਸਕੂਲ ਵਿੱਚ ਗੱਲਾਂ ਬਾਤਾਂ ਇੰਜੋਏ ਫੁੱਲ ਚੱਲੂਗਾ, ਅੱਧੀ ਛੁੱਟੀ ਸਾਰੀ ਤੁਹਾਡਾ ਆਪਣਾ ਪ੍ਰੋਗਰਾਮ ਹੈ। ਸੋ ਅਗਲਾ ਬੱਚਾ ਰਿਹਾ ਜੀ, ਜ਼ੋਰਦਾਰ ਤਾੜੀਆਂ ਇਸ ਭੈਣ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ? ਹਾਂਜੀ ਹਾਂਜੀ, ਕੀ ਨਾਮ ਹੈ? ਮਾਈ ਨੇਮ ਇਜ਼ ਦਲਜੋਤ ਭੁੱਲਰ। ਦਲਜੋਤ ਭੁੱਲਰ, ਹਾਂਜੀ ਪੁੱਤ ਕੀ ਕਰਕੇ ਦਿਖਾਓਗੇ? ਜੋਕਸ ਜੋਕਸ। ਸੋ ਸੁਣਦੇ ਹੀ ਜੋਕਸ। ਇੱਕ ਥਾਣੇਦਾਰ ਮੁਰਗੀ ਫਾਰਮ ਦੀ ਤਲਾਸ਼ੀ ਕਰਨ ਆਇਆ ਸੀ। ਪਹਿਲੀ ਮੁਰਗੀ ਫਾਰਮ ਦੇ ਬੰਦੇ ਨੂੰ ਪੁੱਛਿਆ ਵੀ ਤੁਸੀਂ ਕੀ ਪਾਉਣੇ ਹੋ? ਪਹਿਲਾਂ ਕਹਿੰਦਾ ਬਾਜਰਾ ਜੀ। ਉਹ ਕਹਿੰਦਾ ਇੰਨੀ ਗਰਮੀ ਵਿੱਚ ਬਾਜਰਾ ਪਾਉਣਾ, ਚੱਕ ਲਓ ਇਸ ਨੂੰ। ਦੂਜੇ ਨੂੰ ਪੁੱਛਿਆ ਤੁਸੀਂ ਕੀ ਪਾਉਣੇ ਹੋ ਇਹਨਾਂ ਮੁਰਗੀਆਂ ਨੂੰ? ਦੂਜਾ ਕਹਿੰਦਾ ਜੀ ਚੌਲ। ਉਹ ਕਹਿੰਦਾ ਇਹਨੂੰ ਵੀ ਚੱਕ ਲਓ ਜੀ। ਤੀਜੇ ਜਦੋਂ ਪੱਪੂ ਦੀ ਵਾਰੀ ਆਈ, ਉਹ ਪੱਪੂ ਨੂੰ ਪੁੱਛਦੇ ਤੁਸੀਂ ਕੀ ਪਾਉਣੇ? ਪੱਪੂ ਡਰਦੇ ਮਾਰੇ ਕਹਿੰਦਾ ਅਸੀਂ ਜੀ 5-5 ਰੁਪਈਏ ਦੇ ਦਿੰਦੇ ਹਾਂ, ਜਿਹੜਾ ਕੁਛ ਲਿਆਉਣਾ ਆਪਦੀ ਦੁਕਾਨ ਤੋਂ ਲਿਆ। ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ। ਐਵੇਂ ਕਰ ਲੂੰ, ਮੁਰਗੇ ਨੇ ਅੰਡੇ ਨਾ ਦਿੱਤੇ ਫਿਰ ਔਖਾ। ਜੇ ਅਗਲੇ ਦੀ ਰੀਝ ਨਾ ਪੂਰੀ ਹੋਈ ਵੀ ਮੈਨੂੰ ਚੌਲ ਖਾਣੇ ਨਹੀਂ ਜਾਂ ਬਾਜਰਾ ਖਾਣਾ, ਆਹ ਚੰਗੀ ਗੱਲ ਹੈ, ਪੈਸੇ ਦਿਓ ਭੇਜੋ। ਹਾਂਜੀ ਪੁੱਤ ਅੱਗੇ। 4 ਕੁੜੀਆਂ ਸੀ, ਇੱਕ ਦਾ ਨਾਮ ਸੀ ਮਰੀ, ਇੱਕ ਦਾ ਨਾਮ ਸੀ ਸੜੀ, ਇੱਕ ਦਾ ਨਾਮ ਸੀ ਮੱਚੀ, ਇੱਕ ਦਾ ਨਾਮ ਸੀ ਰੁੱਟੀ। ਤੇ ਜਦੋਂ ਉਹਨਾਂ ਦੇ ਘਰੇ ਆਏ ਰਿਸ਼ਤੇਦਾਰ, ਤਾਂ ਉਹਨਾਂ ਨੂੰ ਪਹਿਲਾਂ ਉਹ ਰਿਸ਼ਤੇਦਾਰਾਂ ਨੂੰ ਪੁੱਛਦੇ ਬਈ ਤੁਸੀਂ ਕੁਰਸੀ 'ਤੇ ਬੈਠੋਗੇ ਚਟਾਈ 'ਤੇ? ਇੱਕ ਉਹ ਕਹਿੰਦੇ ਜੀ ਅਸੀਂ ਕੁਰਸੀ 'ਤੇ ਬਹਿ ਜਾਵਾਂਗੇ। ਉਹ ਕਹਿੰਦੇ ਟੁੱਟੀ ਕੁਰਸੀ ਲਿਆ। ਉਸ ਤੋਂ ਬਾਅਦ ਉਹ ਕਹਿੰਦੇ ਨਾਂਜੀ ਅਸੀਂ ਚਟਾਈ 'ਤੇ ਬਹਿ ਜਾਵਾਂਗੇ। ਉਸ ਤੋਂ ਬਾਅਦ ਕਹਿੰਦੇ ਉਹ ਪੈਟੀ ਚਟਾਈ ਲਿਆ। ਉਸ ਤੋਂ ਬਾਅਦ ਕਹਿੰਦੇ ਨਾਂਜੀ ਅਸੀਂ ਜ਼ਮੀਨ 'ਤੇ ਬਹਿ ਜਾਵਾਂਗੇ। ਉਸ ਤੋਂ ਬਾਅਦ ਕਹਿੰਦੇ ਚਾਹ ਪੀਓਗੇ ਜਾਂ ਦੁੱਧ? ਉਹ ਕਹਿੰਦੇ ਚਾਹ ਹੀ ਲਿਆ ਦਿਉ। ਉਹ ਕਹਿੰਦੇ ਸੜੀ ਚਾਹ ਲਿਆ। ਉਸ ਤੋਂ ਬਾਅਦ ਕਹਿੰਦੇ ਨਾਂਜੇ ਅਸੀਂ ਦੁੱਧ ਹੀ ਪੀ ਲਾਂਗੇ। ਉਹ ਕਹਿੰਦੇ ਮਰੀ ਗਾਂ ਦਾ ਦੁੱਧ ਲਿਆਓ। ਤਾੜੀਆਂ। ਕੀ ਨਾਮ ਹੈ ਜੀ? ਦਲਵੀਰ ਸਿੰਘ। ਅੱਛਾ ਤੁਹਾਡਾ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ, ਓ ਗੁੱਡ। ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਕਿੱਥੋਂ ਆਉਂਦੇ ਹੋ? ਮੂਲਾ ਸਿੰਘ ਵਾਲਾ। ਮੂਲਾ ਸਿੰਘ ਵਾਲਾ ਤੋਂ ਇਹ ਬੱਚਾ, ਤੁਸੀਂ ਕਿੱਥੋਂ ਆਉਂਦੇ ਹੋ? ਵੀਰ ਖੁਰਦ ਤੋਂ। ਇਹ ਵੀਰ ਖੁਰਦ ਤੋਂ ਨਹੀਂ, ਭੈਣ ਖੁਰਦ ਤੋਂ ਹੈ ਕੋਈ? ਇਹ ਵੀਰ ਖੁਰਦ ਤੋਂ, ਭੈਣ ਖੁਰਦ ਤੋਂ ਦੇਖਾਂਗੇ ਜੇ ਕੋਈ ਆਊਗਾ। ਸੋ ਹੁਣ ਕੀ ਕਰਕੇ ਦਿਖਾਓਗੇ? ਸਰ ਸ਼ਬਦ ਗਾਵਾਂਗੇ। ਸ਼ਬਦ ਗਾਉਣਗੇ, ਚਲੋ ਵੈਰੀ ਗੁੱਡ। ਆ ਫੜੋ ਮਾਈਕ ਪੁੱਤ ਹੱਥ 'ਚ। ਬਟਾ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਬਟਾ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ, ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ। ਬਟਾ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਬਟਾ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਸੋ ਬੇਟਾ ਕਿੰਨਾ ਟਾਈਮ ਪਹਿਲਾਂ ਤੂੰ ਤਿਆਰੀ ਕੀਤੀ ਸੀ ਸ਼ਬਦ ਦੀ? 2-3 ਦਿਨ। 2-3 ਦਿਨ ਪਹਿਲਾਂ। ਸੋ ਬਹੁਤ ਸੋਹਣੀ ਆਵਾਜ਼ ਤੁਹਾਡੀ ਬੇਟਾ, ਰਿਆਜ਼ ਕਰਿਆ ਕਰੋ, ਠੀਕ ਹੈ? ਸੋ ਵੱਡੇ ਹੋ ਕੇ ਤੁਸੀਂ ਕੀ ਬਣਨਾ ਹੈ? ਡਿਪਟੀ ਕਮਿਸ਼ਨਰ। ਡਿਪਟੀ ਕਮਿਸ਼ਨਰ, ਵੈਰੀ ਗੁੱਡ। ਸੋਚ ਬਹੁਤ ਤਕੜੀ ਹੈ ਬੱਚਿਆਂ ਦੀ। ਸੋ ਜ਼ੋਰਦਾਰ ਤਾੜੀਆਂ ਇਸ ਬੱਚੇ ਲਈ ਪਹਿਲਾਂ ਤਾਂ। ਬੇਟਾ ਕੀ ਨਾਮ ਹੈ? ਚਕਸ਼ਿਤ ਸਿੰਗਲਾ। ਚਕਸ਼ਿਤ ਸਿੰਗਲਾ, ਅੱਛਾ ਸਿੰਗਲਾ ਸਾਹਿਬ ਘਰੇ ਕੌਣ ਕੌਣ ਹੈ? ਡੈਡ, ਫਾਦਰ, ਮਦਰ, ਸਿਸਟਰ, ਬ੍ਰਦਰ, ਗ੍ਰੈਂਡਫਾਦਰ ਐਂਡ ਗ੍ਰੈਂਡ। ਵੈਰੀ ਗੁੱਡ, ਖਾਸਾ ਵੱਡਾ ਪਰਿਵਾਰ ਹੈ ਹਨਾ। ਹੁਣ ਸਾਨੂੰ ਕੀ ਕਰਕੇ ਦਿਖਾਓਗੇ? ਕੋਈ ਗਾਣਾ, ਚੁਟਕਲਾ, ਪੋਇਮ, ਕੀ ਕਰਕੇ ਦਿਖਾਓਗੇ? ਆਹ ਕੀ ਹੈ? ਕਾਰਡ ਹੈ। ਇਹੀ ਤਾਂ ਨਹੀਂ ਦੇਣਾ ਹੈ ਇਕੱਲਾ, ਆਹੀ ਦੇਣਾ ਹੈ।
हाँ फिर तू ऐ दस ना भी बई जी आ देना है मैं कार्ड दे ऊपर लिखा हुआ जी अद्धी छुट्टी सारी घोड़े की सवारी सो ये किहदे लई है आपके लिए मेरे लिए फिर तू जोर नाल कह यार भी बई आ बना के लियांदा थोड़े वास्ते सो थैंक यू पुत जोरदार ताड़ियां इस बच्चे लई छोटे जे बच्चे ने बड़े प्यार नाल अपने हाथ नाल जी कार्ड तैयार किया सो ये सब थोड़ा प्यार है बच्चे प्यार करते हैं शो नू ते मेनू सो इस करके बच्चे बना बना के लियांदे ने सो थैंक यू सारे बच्चों का जोरदार ताड़ियां ना बच्चों लई ते अद्धी छुट्टी सारी लई सो हाँ जी अद्धी छुट्टी सारी तुहाडा अपना शो बच्चों का शो हैगा सो इहदे नाल करके साडे नाल कुछ स्पोंसर जुड़े हुए हैं सो प्योर रूट साडा स्पोंसर हैगा सो बेटा जोरदार ताड़ियां पहलदा प्योर रूट्स लई इस तो बाद साडा जिहड़ा ये ड्रैसअप हुंदा है गैटअप हुंदा है ये साडे स्पोंसर हैगे नेगे सो स्पोंसर का नाम हैगा फ्रेंड्स आउटलैट सो ये जिहड़ा ड्रैसअप हुंदा साडा पेंट शर्ट बूट कपड़ा लीड़ा लप्पा जो भी हुंदा है वो सारे सानू ये डिजाइन करके देंगे फ्रेंड्स आउटलेट सो इन्हों का एड्रेस है नीयर भगत सिंह चौंक नरवाणा रोड पतना सो यहाँ इंस्टाग्राम आई डी तो इन्हों का नंबर सो जेकर किसी चाहिए होगा अगर सर्दियों का स्टॉक भी आ रहा ऑनलाइन भी परचेज तुम कर सकते हो सो जोरदार ताड़ियां साढ़े स्पॉन्सर के लिए की नाम है सुखदीप सिंह जी सुखदीप सिंह उच्ची बोले करो मैडम सुखदीप सिंह कि क्लास पढ़ते हो सैवंथ जी सैवंथ च हूँ की करके दिखाओगे सिंगिंग करके सिंगिंग कि गाना मेरा शहीद पुत मेरा शहीद पुत हो तेनू दही सी खवा के पुत तोरिया जिते लुधियाने होनी सी वे भर्ती किते साडे वी कर्ज लैण सिर तो तेरे बाप दी तुरीज पूरी करती हो देश भगती तां हुंदी हैगी पुत वे नाल हुंदियां ने भारू मजबूरियां सोखे हुंदे नी वे वड राणू तोरने कुट कुट के खवा के हथी चूरियां सोखे हुंदे नी वे वड राणू तोरने कुट कुट के खवा के हथी चूरियां हो मैनू नानी वी आउंदा उस देश दा सिगी आख दिल दा खगलवान वे टीवी डुबना सी कल पुत दसदा ओथे मार दित्ते साडे वी जवान वे लोकी नेटी उत्ते चाड़ी जान फोटवां तेरे हो गए पुत्ता सारे ही मुरीद वे फोटो करती फ्रेम तेरे बाप ने हे तेरे नाम उरे लिखता शहीद वे फोटो करती फ्रेम तेरे बाप ने हे तेरे नाम उरे लिखता शहीद वे वेरी गुड पुत बहुत सोहनी आवाज ते बहुत सोहना गाना तैयार किन्हां ने कराया गाना ये जसदीप सारली जोरदार ताड़ियां सुपुत बड़े होके की बनना है मैं तो सोचा नहीं लगर फटे मुद्रे सोचा कर माड़ा मोटा जोर पाया कर इत्थे 250 ग्राम ते घरे कौन कौन पुत मम्मी डैडी भैन जी मम्मी डैडी ते भैन तो जोरदार ताड़ियां इस भरा लई थैंक यू तो हाँ जी अद्धी छुट्टी सारी दिन रौनक एवं लगनगे तुम कितने नहीं जाना MH1 से ला के रखियो बेटे क्योंकि मिलते हैं एक छोटी जी क्या बात है जी ब्रेक तो बाद असं फिर तो हाजिर हो चुके हैं जी तुहाडे अपने शो बच्चों के शो बेटा शो का नाम है इस तो बाद अगला बच्चा भेजो जी हैरीटेज स्कूल के आए हुए सो रौनक लगनगियाँ फुल ठीक हो की नाम है जशनप्रीत सिंह जशनप्रीत सिंह जी जशनप्रीत सिंह कितों आने हो जी मौजो कला ये कितने जा मत्ती कला जी मत्ती कितने आ मत्ती पिकी कला पिकी कितने आ पिकी हेरिटेज स्कूल को हेरिटेज स्कूल कितने आ जिते खड़े हो खड़े कितने आ खड़े जमीन तो जमीन कितने आ आ नीचे देख लो इधर टाइला ने उधर नीचे जमीन ही उधर मिट्टी भरी थी या की करके दिखाएगा एक्टिंग सर कादी शाहरुख खान शाहरुख खान दी एक्टिंग आ लो जी इन्हें फिल्म साइन करामा की दुआ चो उधर देख के आउन दी एक्टिंग तुमने मुझे धोखा दिया मैंने तुम्हें धोखा नहीं दिया हाँ? मैं तुमसे प्यार करता था तुम किसी और के प्यार में पड़ी मैं तुमसे हमेशा प्यार करता था अब तुम कह रही हो मैंने तुम्हें धोखा दिया मैंने तुम्हें कैसे धोखा दिया किसी और के लड़के में लड़के के प्यार में तुम पड़ी मैं नहीं मैं हमेशा तुमसे प्यार करता रहा तुमसे प्यार करता रहूंगा उम्र कितनी होगी 13 साल 13 जी नहीं ये एक्टिंग है नहीं मैं की कहा भाई 13 जी भी बढ़िया करने लग गई थी एक्टिंग है कह रहा थी मैं पूरी गल सुनाया कर देने पहला की करेगा जिंदगी जी तू जरा साइंटिस्ट बनेगा तो उत्थे जाके फिर एक्टिंग करे करेगा और तो जाके एक्टिंग की लोड़ है उत्थे साइंस चलती है साइंस च की कुछ चलता है साइंस च समाजिक चलती है ना अंग्रेजी चलती है पंजाबी गल करके गर्दन ते मारनगे तेरे उत्थे अंग्रेजी समझते नहीं तेरे इत्थों हाँ
ਪੰਜਾਬੀ ਚ ਸਾਇੰਟਿਸਟ ਤਾਂ ਬਣ ਗਏ, ਪਰ ਉਹਨਾਂ ਦੀ ਲੈਂਗੁਏਜ ਕੀ ਹੈ? ਉੱਥੇ ਵਾਲਾ ਮਾਹੌਲ ਤਾਂ ਕੁਛ ਹੋਰ ਹੋਊਗਾ ਕਿ ਅਸੀਂ ਪੰਜਾਬੀ ਚ ਕਹਾਂਗੇ ਵੀ ਆਹ ਫੜਾਈ ਸਰੀ ਆ ਇੱਧਰ ਆ। ਚਲ ਕੋਈ ਨਾ, ਲੋੜ ਨਾ ਪਾਲੀ, ਜ਼ੋਰਦਾਰ ਤਾੜੀਆਂ ਇਸ ਭਰਾ ਲਈ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਮਾਰਨਿੰਗ ਨੈ। ਆ ਜਾਓ ਇੱਥੇ, ਆ ਜਾਓ ਸਾਰੇ ਬੱਚੇ ਇੱਧਰ ਖੜੋ। ਕੀ ਕਰਕੇ ਦਿਖਾਓਗੇ? ਬੋਲੀ ਬੋਲੀ ਤੁਸੀਂ ਬੋਲੀ ਤੁਸੀਂ ਬੋਲੀ ਪਹਿਲੇ। ਚਲੋ ਸੁਣਦਾ ਜੀ, ਪਹਿਲਾਂ ਇਹਨਾਂ ਬੋਲੀਆਂ ਇਕੱਲੇ ਇਕੱਲੇ ਜਾਣੇ ਬੋਲੀ ਪਾਓਗੇ? ਹੋਰਾਂ ਦੇ ਮਾਈਏ ਤਾਂ ਕੱਢੀ ਵੱਡੀ ਖੇਡਦੇ, ਹੋਰਾਂ ਦੇ ਮਾਈਏ ਤਾਂ ਕੱਢੀ ਵੱਡੀ ਖੇਡਦੇ, ਮੇਰਾ ਮਾਈਆ ਗਾਉਂਦਾ ਨੀ ਟੱਟ ਪੈਣਾ ਵਰਨ, ਟੱਲੇ ਲਾਉਂਦਾ ਨੀ ਟੱਟ ਪੈਣਾ ਵਰਨ, ਟੱਲੇ ਲਾਉਂਦਾ ਨੀ। ਵਾਹ ਜੀ ਵਾਹ। ਵੈਰੀ ਗੁੱਡ। ਸੋ ਬੇਟਾ, ਉਹ ਮੈਮ ਕਹੀ ਜਾਂਦੇ ਨੇ ਤੁਸੀਂ ਗਿੱਧਾ ਵੀ ਪਾਉਣਾ ਹੈ। ਸੋ ਦੇਖਦੇ ਜਿਹਦੇ ਬੱਚਿਆਂ ਦਾ ਗਿੱਧਾ। ਸਾਗ ਸਰੋਂ ਦਾ ਮੱਕੀ ਦੀ ਰੋਟੀ ਕਿਉਂ ਨੀ ਅੱਜ ਕੱਲ ਖਾਂਦੀ, ਸਾਗ ਸਰੋਂ ਦਾ ਮੱਕੀ ਦੀ ਰੋਟੀ ਕਿਉਂ ਨੀ ਅੱਜ ਕੱਲ ਖਾਂਦੀ, ਨਿਗਿਜਗੀ 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 ਪੀਦੇ ਤੇ ਮੋਟੀ ਹੁੰਦੀ ਜਾਂਦੀ, ਨਿਗਿਜਗੀ ਪੀਦੇ ਤੇ ਮੋਟੀ ਹੁੰਦੀ ਜਾਂਦੀ, ਨਿਗਿਜਗੀ ਪੀਦੇ ਤੇ ਮੋਟੀ ਹੁੰਦੀ ਜਾਂਦੀ। ਹਸਲੋਣੀ ਕੁੜੀਓ ਖੇਡ ਲੋਣੀ ਕੁੜੀਓ, ਹਸਲੋਣੀ ਕੁੜੀਓ ਖੇਡ ਲੋਣੀ ਕੁੜੀਓ। ਵਾਹ ਜੀ ਵਾਹ, ਸੋਹਣੀਆਂ ਸੋਹਣੀਆਂ ਬੋਲੀਆਂ, ਇੰਨਾ ਸੋਹਣਾ ਸੋਹਣਾ ਗਿੱਧਾ ਕਿਹਨੇ ਧਿਆਲ ਕਲਾਇਆ ਸੀ? ਮੰਮਾ ਨੇ ਜੋਰਦਾਰ ਤਾੜੀਆਂ। ਵੈਰੀ ਗੁੱਡ ਪੁੱਤ, ਐਂ ਦੱਸੋ ਘਰ ਦੇ ਕੰਮ ਕਰਦੇ ਹੁੰਦੇ ਹੋ? ਵੈਰੀ ਗੁੱਡ, ਤੁਸੀਂ ਕਰਦੇ ਹੁੰਦੇ ਹੋ? ਕੀ ਕਰਦੇ ਹੁੰਦੇ ਹੋ? ਜਿਵੇਂ ਭਾਂਡੇ ਮਾਂਜਣੇ, ਮਾਂਜਦੇ ਹੁੰਦੇ ਹੋ? ਲੋਤੀ ਬਣਾਉਣੀ, ਸਬਜ਼ੀ ਕੱਟਣੀ? ਸਬਜ਼ੀ ਨਹੀਂ ਕੱਟਦੇ, ਠੀਕ ਹੈ। ਸਬਜ਼ੀ ਬਣਾਉਣੀ, ਗੰਡੇ ਕੱਟਣੇ, ਰੋਟੀ ਖਾਣੀ? ਤੁਸੀਂ ਘਰ ਦੇ ਕੰਮ ਕਰਦੇ ਹੁੰਦੇ ਹੋ? ਘਰ ਦੇ ਕੰਮ ਕਹਿੰਦੇ ਨੀ ਤੁਹਾਨੂੰ ਕੰਧ ਨੂੰ? ਵੈਰੀ ਗੁੱਡ, ਤੁਸੀਂ ਕਰਦੇ ਹੁੰਦੇ ਹੋ? ਵੈਰੀ ਗੁੱਡ, ਤੁਸੀਂ ਕਲਿਆ ਕੋਲੋ, ਤੁਸੀਂ ਤੁਸੀਂ ਕਰਦੇ ਹੁੰਦੇ ਹੋ? ਚਲੋ ਕਿਆ ਬਾਤ ਹੈ, ਜ਼ੋਰਦਾਰ ਤਾੜੀਆਂ ਨਾ ਬੱਚਿਆਂ ਲਈ, ਪਿਆਰੇ ਪਿਆਰੇ ਬੱਚਿਆਂ ਲਈ। ਥੈਂਕ ਯੂ। ਛੋਟੇ ਛੋਟੇ ਬੱਚੇ ਬੜੇ ਪਿਆਰੇ ਲੱਗਦੇ ਨੇ, ਅੱਧੀ ਛੁੱਟੀ ਸਾਰੀ ਦੇ ਸਾਰੇ ਜਵਾਕ ਪਿਆਰੇ ਲੱਗਦੇ ਨੇ। ਸੋ ਜ਼ੋਰਦਾਰ ਤਾੜੀਆਂ ਇਸ ਭਰਾ ਲਈ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਕੀ ਨਾਮ ਹੈ? ਸਰਬਜੀਤ ਸਿੰਘ। ਅੱਛਾ, ਕੀ ਕਰਕੇ ਦਿਖਾਓਗੇ? ਜੋਕ ਸੁਣਾਓਗੇ? ਚਲੋ ਸੁਣਦੇ ਜੀ ਸਰਦਾਰ ਸਾਹਿਬ ਦੇ ਜੋਕ, ਆਪਣੇ ਕੋਲ ਮਾਈਕ। ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ, ਘੋੜਾ ਗਿਆ ਦਿੱਲੀ, ਮਾਂਗਰ ਪੈ ਗਈ ਬਿੱਲੀ, ਬਿੱਲੀ ਨੇ ਮਾਰੇ ਦੰਦ, ਸਕੂਲ ਹੋ ਗਿਆ ਬੰਦ। ਹੋਰ ਕੋਈ ਹੋਰ ਚੀਜ਼? ਤਿੰਨ ਭਰਾਣਾ ਪੁੱਲ ਤੇ ਜਾਂਦੇ ਸੀ, ਪੁੱਲ ਟੁੱਟ ਗਿਆ। ਇੱਕ ਤਾਂ ਕਹਿੰਦਾ ਮੇਰੀ ਲੱਤ ਟੁੱਟ ਗਈ, ਦੂਜਾ ਕਹਿੰਦਾ ਮੇਰੀ ਬਾਂਹ ਟੁੱਟ ਗਈ, ਤੀਜਾ ਕਹਿੰਦਾ ਤੁਹਾਨੂੰ ਲੱਤ ਬਾਂਹਦੀ ਹੋ ਰਹੀ ਹੈ, ਮੇਰੇ ਜਰਦੇ ਦੀ ਪੁਲੀ ਡਿੱਗ ਗਈ। ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਚੁਟਕਲੇ। ਹੋਰ ਸੁਣਾ ਦੇ, ਵੱਡਾ ਹੋ ਕੇ ਕੀ ਬਣਨਾ? ਸਰ ਨੇਵੀ ਆਫਿਸਰ। ਨੇਵੀ ਆਫਿਸਰ, ਵੈਰੀ ਗੁੱਡ। ਅਤੇ ਪਿੰਡ ਕਿਹੜਾ ਤੇਰਾ? ਭੀਖੀ। ਭੀਖੀ, ਤੋ ਜ਼ੋਰਦਾਰ ਤਾੜੀਆਂ ਇਸ ਬੱਚੇ ਲਈ, ਪਿਆਰੀ ਗੱਲਬਾਤ। ਥੈਂਕ ਯੂ ਬੜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਵਧੀਆ ਜੀ। ਕੀ ਨਾਮ ਹੈ? ਹਰਗੁਣ। ਹਰਗੁਣ, ਤੁਹਾਡਾ? ਅਰਸ਼। ਅਰਸ਼, ਹਾਂਜੀ। ਓਕੇ, ਤੁਹਾਡਾ? ਰਮਨ। ਅੱਛਾ, ਤੁਹਾਡਾ? ਜੈਸਮੀਨ। ਤੁਹਾਡਾ? ਗੁਰਕਨਵਲ ਕੌਰ। ਹਰਮਨ। ਓਕੇ, ਕੀ ਕਰਕੇ ਦਿਖਾਓਗੇ ਹੁਣ? ਭੰਗੜਾ ਜੀ। ਭੰਗੜਾ ਗਾਣੇ ਤੇ ਕਿ ਢੋਲ ਤੇ? ਢੋਲ ਤੇ। ਬੋਲੀਆਂ ਪੈਣਗੀਆਂ ਨਾਲ ਕੇ ਬਿਨਾਂ ਬੋਲੀਆਂ ਤੋਂ? ਬਿਨਾਂ ਬੋਲੀਆਂ। ਚਲੋ ਦੇਖਦੇ ਹਾਂ ਜੀ ਕੁੜੀਆਂ ਦਾ ਭੰਗੜਾ। ਸੋ ਬੇਟਾ ਪੋਜੀਸ਼ਨ ਲੈ ਲਓ। Thank you.
ਸੋਹਣਾ ਪੁੱਤ ਭੰਗੜਾ ਤੁਹਾਡਾ ਤਿਆਰ ਕੀ ਨਹੀਂ ਕਰਾਇਆ ਸੀ ਆਪਣੇ ਆਪ ਹੀ ਕੀਤਾ ਸੀ ਇਹਨਾਂ ਆਪਣੇ ਆਪ ਲਈ ਵੀ ਇੱਕ ਜ਼ੋਰਦਾਰ ਤਾੜੀਆਂ ਸੋ ਬੇਟਾ ਘਰ ਦੇ ਕੰਮ ਕਰਦੇ ਹੁੰਦੇ ਹੋ ਹਾਂਜੀ ਕੀ ਕੀ ਕੰਮ ਕਰਦੇ ਹੁੰਦੇ ਹੋ ਸਰ ਕਈ ਵਾਰ ਬਰਤਨ ਸਾਫ਼ ਕਰ ਦਿੰਦੇ ਹਾਂ ਝਾੜੂ ਲਾ ਦਿੰਦੇ ਘਰੇ ਅੱਛਾ ਮੇਜਰ ਕੰਮ ਜਿਹੜਾ ਤੁਹਾਡਾ ਸਿਰਫ ਇਹੀ ਹੈ ਵੀ ਤੁਸੀਂ ਹੀ ਆਪ ਕਰਦੇ ਹੋ ਮਤਲਬ ਹਰੇਕ ਕੰਮ ਮਤਲਬ ਵੀ ਰੋਜ਼ ਕਰਨੀ ਕਰਨਾ ਕੋਈ ਸਪੈਸ਼ਲ ਹੈਲਪ ਕਰਵਾ ਦਿੰਦੇ ਹਾਂ ਮੰਮਾ ਨਾਲ ਚਲੋ ਵਧੀਆ ਗੱਲ ਹੈ ਤੁਸੀਂ ਘਰ ਦੇ ਕੰਮ ਕਰਦੇ ਹੁੰਦੇ ਹੋ ਨਹੀਂ ਥੋੜ੍ਹਾ ਬਹੁਤ ਬਰਤਨ ਚੱਕ ਕੇ ਰਸੋਈ 'ਚ ਰੱਖ ਦਿੰਦੇ ਕਿਆ ਬਾਤ ਹੈ ਕਿੱਡਾ ਕੰਮ ਹੈ ਜਿਹੜਾ ਟਰੱਕਾਂ ਦਾ ਕੰਮ ਕੁੜੀ ਨੇ ਕਰਦੀ ਹੈ ਉਹ ਤਾਂ ਤੁਸੀਂ ਕਰਦੇ ਹੋ ਨਾ ਘਰ ਦੇ ਕੰਮ ਹਾਂਜੀ ਕੀ ਕੰਮ ਕਰਦੇ ਹੁੰਦੇ ਹੋ ਬਸ ਆਹੀ ਥੋੜ੍ਹਾ ਬਹੁਤ ਚਲੋ ਵਧੀਆ ਗੱਲ ਹੈ ਤੁਸੀਂ ਪੁੱਤ ਕਰਦੇ ਹੁੰਦੇ ਹੋ ਕੀ ਸਾਰੇ ਜਿਵੇਂ ਕਿ ਭਾਂਡੇ ਮਾਂਜਣੇ ਵੈਰੀ ਗੁੱਡ ਤੁਸੀਂ ਮੰਮਾ ਨਾਲ ਹੈਲਪ ਕਰਨੀ ਵੈਰੀ ਗੁੱਡ ਕਰਾਇਆ ਕਰੋ ਮੰਮਾ ਨਾਲ ਹੈਲਪ ਹਾਂ ਕੁੜੀਆਂ ਨੂੰ ਖਾਸ ਕਰਕੇ ਅਪੀਲ ਕਰਦਾ ਪੁੱਤ ਸਾਰੇ ਜਣੇ ਘਰ ਦੇ ਕੰਮ ਕਰਿਆ ਕਰੋ ਕਿਉਂਕਿ ਕੁੜੀਆਂ ਦਾ ਕੰਮ ਮਤਲਬ ਜਿਹੜਾ ਵੀ ਹੁੰਦਾ ਘਰ ਦਾ ਉਹ ਉਹਨੇ ਕੰਮ ਕਰਨਾ ਹੀ ਕਰਨਾ ਉਹਨੂੰ ਸਿੱਖਣਾ ਆਉਣਾ ਜ਼ਰੂਰੀ ਹੁੰਦਾ ਹੈ ਨਾ ਅੱਗੇ ਵੀ ਜਾਣਾ ਪਰਿਵਾਰ ਦੇ ਵਿੱਚ ਆਪਦੇ ਪਰਿਵਾਰ ਦੇ ਵਿੱਚ ਵੀ ਘਰਦਿਆਂ ਦੀ ਹੈਲਪ ਹੋ ਜਾਂਦੀ ਹੈ ਨਾ ਨਾਲੇ ਬੰਦਾ ਕੰਮ ਲੱਗਿਆ ਰਹਿੰਦਾ ਸੋ ਜ਼ੋਰਦਾਰ ਤਾੜੀਆਂ ਨਾ ਭੈਣਾਂ ਲਈ ਸੋ ਥੈਂਕ ਯੂ ਹਾਂਜੀ ਇਸ ਤੋਂ ਬਾਅਦ ਅਗਲੇ ਬੱਚੇ ਭੇਜੋ ਜੀ ਵੱਡੇ ਬੱਚੇ ਥੋੜ੍ਹੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਕੀ ਨਾਮ ਹੈ ਤੁਹਾਡਾ ਖੁਸ਼ਪ੍ਰੀਤ ਕੌਰ ਓਕੇ ਤੁਹਾਡਾ ਖੁਸ਼ਦੀਪ ਰਾਣੀ ਅੱਛਾ ਤੁਹਾਡਾ ਹੁਸਨਪ੍ਰੀਤ ਕੌਰ ਤੁਹਾਡਾ ਨਵਜੋਤ ਕੌਰ ਨਵਜੋਤ ਕੀ ਕਰਕੇ ਦਿਖਾਓਗੇ ਤੁਸੀਂ ਚਾਰੋ ਜਣੇ ਸੌਂਗ ਗਾ ਕੇ ਦਿਖਾਓਗੇ ਕਿਹੜਾ ਮੈਸ਼ਅਪ ਮੈਸ਼ਅਪ ਸੂਈ ਵੇ ਸੂਈ ਜ਼ਾਲਮਾ ਸੂਈ ਬਹੁਤ ਸੋਹਣੀ ਆਵਾਜ਼ ਤੁਹਾਡੀ ਅਤੇ ਗਾਣਾ ਕੰਸੈਪਟ ਤੁਹਾਡਾ ਸੋਹਣੇ ਸੀਗੇ ਸਾਰੀ ਸੋ ਵੱਡੇ ਹੋ ਕੇ ਤੁਸੀਂ ਕੀ ਬਣਨਾ ਡਾਕਟਰ ਸਰ ਵੈਰੀ ਗੁੱਡ ਬੇਟਾ ਤੁਸੀਂ ਇੰਜੀਨੀਅਰ ਵੈਰੀ ਗੁੱਡ ਇੱਧਰ ਲਿਆਓ ਵਾਰੀ ਤੁਹਾਡੀ ਵਾਰੀ ਡਾਕਟਰ ਤੁਸੀਂ ਲੈਬ ਟੈਕਨੀਸ਼ੀਅਨ ਲੈਬ ਟੈਕਨੀਸ਼ੀਅਨ ਸੋ ਵੈਰੀ ਗੁੱਡ ਇਸ ਸਕੂਲ ਦੇ ਬੱਚਿਆਂ ਦੀ ਸੋਚ ਬੜੀ ਹਾਈ ਫਾਈ ਹੈ ਜੀ ਸੋ ਵਧੀਆ ਗੱਲ ਹੈ ਸੋ ਜ਼ੋਰਦਾਰ ਤਾੜੀਆਂ ਨਾ ਭੈਣਾਂ ਲਈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮਹਿਕਪ੍ਰੀਤ ਕੌਰ ਮਹਿਕਪ੍ਰੀਤ ਕੌਰ ਕੀ ਕਰਕੇ ਦਿਖਾਓਗੇ ਡਾਂਸ
ਬੇਟਾ ਤਿਆਰ ਕਿ ਨਹੀਂ ਕਰਾਇਆ ਸੀ? ਖੁਦ ਹੀ ਕੀਤਾ ਸੀ। ਖੁਦ ਤਿਆਰ ਕੀਤਾ ਸੀ, ਬਹੁਤ ਸੋਹਣਾ ਤੁਹਾਡਾ ਡਾਂਸ। ਤੇ ਵੱਡੇ ਹੋ ਕੇ ਕੀ ਬਣਨਾ? ਮੈਂ ਡਾਕਟਰ। ਡਾਕਟਰ ਬਣਨਾ ਤੇ ਫਿਰ ਟੀਕਾ ਲਾਉਣਾ ਪੈ ਜੇ ਨੱਚਦੇ ਨੱਚਦੇ? ਲਗਾ ਦਾਂਗੇ। ਲਾ ਦੋਗੇ? ਚਲੋ ਐਂ ਕਰੋ, ਨਾਲ ਨਾਲ ਨੱਚਣਾ ਵੀ ਹੈ, ਸਟੈਪ ਵੀ ਕਰਨੇ ਨੇ ਆਹੀ ਐਂ ਵਾਲੇ, ਤੇ ਨਾਲ ਨਾਲ ਟੀਕਾ ਲਾਉਣਾ। ਟੀਕਾ ਨਾਲ ਨਾਲ ਨੱਚੋ, ਟੀਕਾ ਇੱਧਰ ਇੱਧਰ। ਇਹਨੂੰ ਕਹਿੰਦੇ ਨੇ ਕਲਾਕਾਰ, ਨਾਲ ਨਾਲ ਡਾਕਟਰੀ, ਨਾਲ ਨਾਲ ਫਿਸ਼ਕਿਸ਼ ਫਿਸ਼ਕਿਸ਼ ਫਿਸ਼ਕਿਸ਼। ਤਾਂ ਥੈਂਕ ਯੂ ਭੈਣ ਮੇਰੀ, ਜ਼ੋਰਦਾਰ ਤਾੜੀਆਂ ਇਸ ਬੱਚੇ ਲਈ, ਥੈਂਕ ਯੂ। ਸੋ ਹਾਂਜੀ, ਅੱਧੀ ਛੁੱਟੀ ਸਾਰੀ ਪ੍ਰੋਗਰਾਮ ਬਸ ਇਹਨਾਂ ਗੱਲਾਂ ਵਾਸਤੇ ਹੀ ਬਣਿਆ ਹੋਇਆ ਵੀ ਬੱਚਿਆਂ ਦੇ ਅੰਦਰ ਜੋ ਵੀ ਲੁਕਿਆ ਹੋਇਆ ਉਹਨੂੰ ਬਾਹਰ ਕੱਢ ਕੇ ਲੈ ਕੇ ਆਉਣਾ ਅਤੇ ਬੱਚਿਆਂ ਦਾ ਕੌਨਫੀਡੈਂਸ ਅਪ ਕਰਨ ਦੇ ਲਈ। ਸੋ ਆਹ ਦੇਖੋ ਛੋਟੇ ਛੋਟੇ ਬੱਚੇ, ਸੋ ਜਦੋਂ ਇਹਨਾਂ ਨੇ ਆਪਦੇ ਆਪ ਨੂੰ ਟੀ ਵੀ ਦੇ ਉੱਪਰ ਦੇਖ ਲਿਆ ਨਾ, ਅਤੇ ਦੂਏ ਦਿਨ ਤਾਂ ਕਿਸੇ ਨੂੰ ਗੱਲ ਹੀ ਨਹੀਂ ਕਰਨ ਦੇਣੀ ਇਹਨਾਂ ਨੇ। ਆਹ ਟੀਨੇ ਵਾਲਾ ਦੇਖੋ ਹੁਣ ਵੀ ਐਂ ਮੁੱਛਾਂ ਦੀ ਫਿਰੀ ਜਾਂਦਾ ਟੀਨਾ। ਜਾਂ ਜਿਰਗ ਵੱਜ ਗਈ ਮੇਰੀ, ਵੱਜ ਗਈ ਮੇਰੀ। ਹਾਂਜੀ ਬੱਚਾ ਭੇਜੋ ਅਗਲਾ, ਜ਼ੋਰਦਾਰ ਤਾੜੀਆਂ ਨਾਲ ਸਵਾਗਤ। ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਗੁੱਤਾ ਕਿਹਨੇ ਕੀਤੀਆਂ ਸੀ? ਮੰਮਾ ਨੇ। ਤੁਸੀਂ ਕੀ ਕੀਤਾ ਸੀ? ਵਰਦੀ ਪਾਈ ਸੀ। ਅੱਛਾ, ਤੁਸੀਂ ਵਰਦੀ ਪਾਈ ਸੀ, ਕਿੱਡਾ ਵੱਡਾ ਕੰਮ ਕੀਤਾ ਹਨਾ। ਸੋ ਹੁਣ ਕੀ ਕਰਕੇ ਦਿਖਾਓਗੇ? ਮੈਂ ਸੁਣ ਸੌਂਗ ਸੁਣਾ ਕੇ। ਕਿਹੜਾ? ਸਿੱਧੂ ਮੂਸੇਵਾਲ ਦਾ। ਸਿੱਧੂ ਮੂਸੇਵਾਲ ਦਾ ਕਿਹੜਾ? ਅੱਜ ਕੱਲ ਵੇ ਪਲ ਪਲ ਵੇ, ਅੱਜ ਕੱਲ ਵੇ, ਅੱਜ ਕੱਲ ਵੇ, ਅੱਜ ਕੱਲ ਵੇ ਪਲ ਪਲ ਵੇ, ਤੈਨੂੰ ਵੇਖਦੀਆਂ ਅੱਖੀਆਂ ਨਾ ਸੌਂਦੀਆਂ ਨੇ ਨਾ ਗਾਉਂਦੀਆਂ ਨੇ, ਕਿਉਂ ਕਰਦਾ ਵੇ ਜਖੀਆਂ ਅੱਜ ਕੱਲ ਵੇ ਪਲ ਪਲ ਵੇ। ਤੁਸੀਂ ਭੰਗੜਾ ਵੀ ਕਰਨਾ? ਕਿਹੜੇ ਗਾਣੇ ਤੇ? ਮੈਂ ਢੋਲ ਤੇ। ਢੋਲ ਤੇ ਕਰਨਾ? ਸੋ ਹਾਂਜੀ ਪੁੱਤ ਆ ਜਾਓ ਇੱਥੇ। ਹਾਏ ਮੁੰਡਾ ਹਾਏ ਹਾਏ ਡੜਕ ਦੀ ਹਾਏ ਡੜਕ ਦੀ ਡੜਕ ਜੀ। ਵਾਹ ਕੀ ਬਾਤ ਆ। ਸੋ ਥੈਂਕ ਯੂ ਪੁੱਤ, ਬਹੁਤ ਸੋਹਣਾ ਭੰਗੜਾ ਤੁਹਾਡਾ, ਜ਼ੋਰਦਾਰ ਤਾੜੀਆਂ ਇਸ ਭੈਣ ਲਈ, ਥੈਂਕ ਯੂ। ਸੋ ਹਾਂਜੀ ਹੁਣ ਛੋਟਾ ਜਿਹਾ ਵੇਲਾ ਬ੍ਰੇਕ ਦਾ ਹੋਇਆ ਜੀ, ਹੈਰੀਟੇਜ ਸਕੂਲ ਦੇ ਵਿੱਚ ਅਸੀਂ ਰੌਣਕਾਂ ਲਾਵਾਂਗੇ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਇੱਕ ਛੋਟੀ ਜੀ। ਸੋ ਵੈਲਕਮ ਬੈਕ, ਅੱਧੀ ਛੁੱਟੀ ਸਾਰੀ, ਸੋ ਤੁਹਾਡਾ ਆਪਣਾ ਪ੍ਰੋਗਰਾਮ, ਬੱਚਿਆਂ ਦਾ ਪ੍ਰੋਗਰਾਮ, ਬੱਚੇ ਇੰਜੋਏ ਕਰਦੇ ਨੇ। ਕਿਹੜੇ ਪ੍ਰੋਗਰਾਮ ਦੇ ਵਿੱਚ ਬੇਟਾ? ਹਾਂਜੀ ਅੱਧੀ ਛੁੱਟੀ ਸਾਰੀ। ਸੋ ਹਾਂਜੀ ਇਸ ਤੋਂ ਬਾਅਦ ਭਰਾ ਨੂੰ ਭੇਜੋ ਜ਼ੋਰਦਾਰ ਤਾੜੀਆਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਹਾਂਜੀ। ਕੀ ਨਾਮ ਹੈ? ਗਗਨਦੀਪ ਸਿੰਘ। ਕੀ ਕਰਕੇ ਦਿਖਾਓਗੇ? ਭੰਗੜਾ। ਭੰਗੜਾ ਬਹੁਤ ਸੋਹਣਾ, ਨਜ਼ਾਰੇ ਬਣਦੇ, ਭਰਾ ਨੇ ਮਾਹੌਲ ਬਣਾਤਾ, ਅਤੇ ਕੱਪੜੇ ਦੇਖ ਹੈਂ ਕਹਿੰਦੇ ਨੇ ਜਿਵੇਂ ਫੀਟਿੰਗ ਹੈ, ਪੈਂਟ ਕਹਾਂ ਜਿਵੇਂ ਹੈ ਨਾ, ਜਿਹੜੇ ਹਿਸਾਬ ਨਾਲ ਨੱਚਦੀ ਪੈਂਟ ਪਾੜ ਜਾਂਦੀ, ਜਿਹੜੇ ਹਿਸਾਬ ਨਾਲ ਟਾਈਟ ਕਰੀ ਬੈਠਾ, ਖੁੱਲ੍ਹੇ ਹੀ ਪਾ ਕੇ ਰੱਖਿਆ ਕਰਦੇ ਨੇ ਭੰਗੜੇ ਵਾਲੇ, ਉਈ ਥੋੜ੍ਹੀ ਧੋਤੀਆਂ ਬੰਨਦੇ ਨੇ ਡੇੜੀਆਂ,
ਉਹਨੂੰ ਪਤਾ ਸੀ ਬੈਠਣਾ ਵੀ ਪੈਂਦਾ ਕਰਨਾ ਉਹ ਚੇਅਰ ਦਾ ਕਰ ਜੂਗੀ ਜਿੱਦੀ ਤੋ ਜ਼ੋਰਦਾਰ ਤਾੜੀਆਂ ਭਰਾ ਦੀ ਥੈਂਕ ਯੂ ਭਰਾ ਠੀਕ ਠਾਕ ਹੋ ਹਾਂਜੀ ਕੀ ਨਾਮ ਹੈ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਛੱਡੋ ਮੈਂ ਇੱਕ ਮੈਂ ਫੜ ਦਿੰਦਾ ਇੰਦਰਜੀਤ ਸਿੰਘ ਕਿੱਥੋਂ ਆਉਣੇ ਹੋ ਫਫੜੇ ਭਾਈਕੇ ਹੈ ਫਫੜੇ ਭਾਈਕੇ ਫਫੜੇ ਭਾਈਕੇ ਹਾਂਜੀ ਇਹ ਫਫੜੇ ਭਾਈਕੇ ਐ ਨਾਂ ਕਦੋਂ ਪਿਆ ਪਿੰਡ ਦਾ ਪਤਾ ਨਹੀਂ ਸੀ ਪਹਿਲਾਂ ਦੀਆਂ ਗੱਲਾਂ ਜੀ ਦਾਦੇ ਪੜਦਾਦੇ ਨੂੰ ਪਤਾ ਹੋਣਾ ਜੀ ਫਫੜੇ ਮਾਰੀ ਜਾਂਦੇ ਹੁਣ ਇਹ ਪਿੰਡ ਦਾ ਨਾਮ ਪੈ ਗਿਆ ਫਫੜੇ ਭਾਈਕੇ ਹਾਂਜੀ ਕੀ ਕਰਕੇ ਦਿਖਾਓਗੇ ਹੁਣ ਸੌਂਗੀ ਗਾ ਕੇ ਦਿਖਾਓਗੇ ਕਿਹੜਾ ਕਿਸਾਨੀ ਤੇ ਕਿਸਾਨੀ ਤੇ ਸੋ ਆ ਲੋ ਪੁੱਤ ਮਾਈਕ ਉਧਰ ਦੇਖ ਕੇ ਆਉਣ ਦੋ ਕਿਸਾਨੀ ਤੇ ਗਾਣਾ ਪੱਗ ਵੇਰੀ ਦੇ ਆ ਕੰਡੇ ਆਣੇ ਖੋਲਤੀ ਤੇ ਤਾਰਾਂ ਨੇ ਪਜਾਮਾ ਪਾੜਤਾ ਸਾਨੂੰ ਮਿਲਿਆ ਮੁਆਵਜ਼ਾ ਨਾ ਨਰਮੇ ਦਾ ਬਾਪੂ ਤਰਨੇ ਚ ਮਾਰਤਾ ਹੋਏ ਸੀ ਨਿੱਕੀ ਤੇ ਨਮਾਣੀ ਜਿਹੀ ਜਿੰਦ ਨੂੰ ਨਿੱਕੀ ਤੇ ਨਮਾਣੀ ਜਿਹੀ ਜਿੰਦ ਨੂੰ ਨੀ ਧੱਕਾ ਲਾ ਕੇ ਧੱਕ ਲੈਨੇ ਆ ਜਦੋਂ ਆਉਂਦੀ ਨੀ ਕਬੀਲਦਾਰੀ ਸਾਹਿਬ ਚ ਨੀ ਲਾਣਾ ਨਾਲ ਡੱਕ ਲੈਨੇ ਆ ਹੋ ਜਦੋਂ ਫੇਰ ਵੀ ਨਜ਼ਰਾਂ ਤੂੰ ਗੱਲ ਲਹੇ ਨਾ ਨੀ ਮੋਨੋ ਸ਼ੀਸ਼ੀ ਚੱਕ ਲੈਨੇ ਆ ਹੋ ਸਾਡਾ ਅੰਗ ਅੰਗ ਮਿੱਟੀ ਵਿੱਚ ਰੁਲਿਆ ਤੇ ਰਹਿ ਗਿਆ ਗੇ ਖਾਲੀ ਪੱਲੇ ਨੀ ਸਾਡੇ ਜੇਬਾਂ ਵਿੱਚ ਤੂੜੀ ਸਾਡੇ ਸਿਰ ਤੋਂ ਸਾਹਾਂ ਦੇ ਭਰਨ ਗੱਲੇ ਨੀ ਹੋ ਜਦੋਂ ਦੁੱਖ ਦਿਲਾਂ ਉੱਤੋਂ ਲਹੇ ਨਾ ਦੁੱਖ ਜਦੋਂ ਦਿਲਾਂ ਉੱਤੋਂ ਲਹੇ ਨਾ ਨੀ ਖੂਹ ਤੇ ਬਹਿ ਕੇ ਹੱਸ ਲੈਨੇ ਆ ਜਦੋਂ ਆਉਂਦੀ ਨੀ ਕਬੀਲਦਾਰੀ ਸਾਹਿਬ ਚ ਨੀ ਲਾਣਾ ਨਾਲ ਡੱਕ ਲੈਨੇ ਆ ਹੋ ਜਦੋਂ ਫੇਰ ਵੀ ਦਿਲਾਂ ਤੋਂ ਗੱਲ ਲਹੇ ਨਾ ਨੀ ਮੋਨੋ ਸ਼ੀਸ਼ੀ ਚੱਕ ਲੈਨੇ ਆ ਬਹੁਤ ਸੋਹਣਾ ਗਾਣਾ ਤੇ ਵੱਡੇ ਹੋ ਕੇ ਕੀ ਸੋਚਿਆ ਜ਼ਿੰਦਗੀ 'ਚ ਸਰ ਲੋਇਰ ਬਣਨਾ ਫੌਰਨ 'ਚ ਵੈਰੀ ਗੁੱਡ ਤੇ ਹੁਣ ਕੀ ਹੋਬੀਜ਼ ਹੈ ਤੁਹਾਡੀ ਹੁਣ ਅੱਜ ਦੇ ਟਾਈਮ 'ਚ ਸਰ ਸਿੰਗਿੰਗ ਓਕੇ ਗੱਡੀਆਂ ਦਾ ਸ਼ੌਂਕ ਜੀ ਗੱਡੀਆਂ ਦਾ ਮਤਲਬ ਗੱਡੀ ਆਵਾਜ਼ ਕੱਢ ਕੇ ਦਿਖਾਉਣੀ ਹੋ ਨਹੀਂ ਸਰ ਵੈਸੇ ਸਰ ਅੱਛਾ ਮਤਲਬ ਚਲਾਉਣ ਦਾ ਕਿ ਰੱਖਣ ਦਾ ਕਿ ਦੇਖਣ ਦਾ ਨਹੀਂ ਸਰ ਚਲਾਉਣੀ ਹਜੇ ਆ ਰਹੀ ਨਹੀਂ ਚਲਾਉਣੀ ਆ ਰਹੀ ਨਹੀਂ ਜੀ ਕਹਿੰਦਾ ਚਲਾਉਣੀ ਆਉਂਦੀ ਹੈ ਗੱਡੀ ਨਹੀਂ ਸਰ ਆਉਂਦੀ ਨਹੀਂ ਬਸ ਉਹ ਸ਼ੌਂਕ ਹੈ ਹਾਂਜੀ ਸਰ ਵਧੀਆ ਗੱਲ ਹੈ ਸਭ ਤੋਂ ਵਧੀਆ ਗੱਡੀ ਕਿਹੜੀ ਲੱਗਦੀ ਹੈ ਐਂਡੈਵਰ ਲੈ ਲਓ ਸਰ ਐਂਡੈਵਰ ਲਏਗਾ ਕਿਆ ਬਸ ਸੰਦਰੂਫ ਵਾਲੀ ਹਾਂਜੀ ਸਰ ਚਲ ਜ਼ੋਰਦਾਰ ਤਾੜੀਆਂ ਭਰਾ ਲਈ ਥੈਂਕ ਯੂ ਇਸ ਤੋਂ ਬਾਅਦ ਬੱਚੇ ਭੇਜੋ ਜੀ ਖਾਸੇ ਨੇ ਖਾਸੇ ਵਾਹ ਜੀ ਵਾਹ ਕਿਆ ਬਾਤ ਹੈ ਪੁੱਤਰ ਕੀ ਨਾਮ ਹੈ ਗਰਨੂਰ ਕੌਰ ਕੀ ਕਰਕੇ ਦਿਖਾਓਗੇ ਗਿੱਧਾ ਗਿੱਧਾ ਬਾ ਤੁਸੀਂ ਵੀ ਗਿੱਧਾ ਬੋਲੀਆਂ ਤੇ ਕਿ ਢੋਲ ਤੇ ਜਾਂ ਗਾਣੇ ਤੇ ਬੋਲੀਆਂ ਤੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇ ਮਾਪਿਆਂ ਨੇ ਲਾਤਾ ਸਿਰੋਂ ਭਾਰ ਮੁੰਡਿਆਂ ਕਿੱਥੋਂ ਭਾਲਦਾ ਪਟੋਲੇ ਜਹੀ ਨਾਰ ਮੁੰਡਿਆਂ ਕਿੱਥੋਂ ਭਾਲਦਾ ਪਟੋਲੇ ਜਹੀ ਨਾਰ ਮੁੰਡਿਆਂ ਕਿੱਥੋਂ ਭਾਲਦਾ ਪਟੋਲੇ ਜਹੀ ਨਾਰ ਮੁੰਡਿਆਂ ਗੜਗੜੀ ਰੇ ਵਾਲਿਆ ਗੜ ਹੌਲੀ ਹੌਲੀ ਤੋਰ ਗੜਗੜੀ ਰੇ ਵਾਲਿਆ ਗੜ ਹੌਲੀ ਹੌਲੀ ਤੋਰ ਮੇਰੇ ਦੁੱਖ ਲੱਕੜਾਂ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋਰ ਮੇਰਾ ਗਿੱਧਾ ਜੱਟੀਆਂ ਦਾ ਬੇਕਸ਼ੀ ਨਾ ਖੜਕੇ ਗਿੱਧਾ ਜੱਟੀਆਂ ਦਾ ਬੇਕਸ਼ੀ ਨਾ ਖੜਕੇ ਗਿੱਧਾ ਜੱਟੀਆਂ ਦਾ ਬੇਕਸ਼ੀ ਨਾ ਖੜਕੇ ਗਿੱਧਾ ਜੱਟੀਆਂ ਦਾ ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ ਤੇਰਾ ਮੇਰਾ ਬਣ ਦਾਣਾ ਵੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡੇ ਆ ਜੇ ਮੁੰਡੇ ਆ ਤੂੰ ਸਾਡੀ ਤੋਰ ਵੇਖਣੀ ਜੇ ਮੁੰਡੇ ਆ ਤੂੰ ਸਾਡੀ ਤੋਰ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਾ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਾ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਾ ਚਾਂਦੀ ਦਾ ਸੋ ਇਹਨਾਂ ਬੱਚਿਆਂ ਨੇ ਡਾਂਸ ਕਰਕੇ ਦਿਖਾਇਆ ਜੀ ਅਤੇ ਜਿਹੜੇ ਬੋਲੀਆਂ ਪਾ ਰਹੇ ਸੀ ਉਹ ਬੱਚੇ ਸਾਈਡ 'ਤੇ ਖੜ੍ਹੇ ਸੀ ਸੋ ਇਹਨਾਂ ਲਈ ਵੀ ਬੇਟਾ ਜ਼ੋਰਦਾਰ ਤਾੜੀਆਂ ਸੋ ਹਾਂਜੀ ਸੋ ਬੇਟਾ ਤਿਆਰ ਕਿਹਨੇ ਕਰਾਇਆ ਸੀ ਇਹ ਸਤਿੰਦਰ ਮੈਮ ਨੇ ਸਤਿੰਦਰ ਮੈਮ ਲਈ ਜ਼ੋਰਦਾਰ ਤਾੜੀਆਂ ਥੈਂਕ ਯੂ ਪੁੱਤ ਥੈਂਕ ਯੂ ਸਤਿ ਸ਼੍ਰੀ ਅਕਾਲ ਬੇਟਾ
ਠੀਕ ਠਾਕ ਹੋ? ਕੀ ਕਰਕੇ ਦਿਖਾਓਗੇ? ਸੌਂਗ ਕਿਹੜਾ? ਮੇਰੇ ਰਸਗੇ ਕਮਲ ਐਸੇ ਲਹਿਰਾ ਕੇ ਤੂੰ ਰੂਬਰੂ ਆ ਗਈ, ਐਸੇ ਲਹਿਰਾ ਕੇ ਤੂੰ ਰੂਬਰੂ ਆ ਗਈ, ਧੜਕਣੇ ਵੇ ਤਮਾਸ਼ਾ ਤੜਪਣੇ ਲਗੀ, ਧੜਕਣੇ ਵੇ ਤਮਾਸ਼ਾ ਤੜਪਣੇ ਲਗੀ, ਤੀਰ ਐਸਾ ਲਗਾ ਦਰਦ ਐਸਾ ਜਗਾ, ਤੀਰ ਐਸਾ ਲਗਾ ਦਰਦ ਐਸਾ ਜਗਾ, ਝੂਠੇ ਦਿਲ ਤੇ ਵੋ ਬਹੁਤ ਸੋਹਣਾ ਗਾਣਾ। ਵੱਡੇ ਹੋ ਕੇ ਕੀ ਸਿੰਗਰ ਬਣਨਾ? ਸੋ ਵਧੀਆ ਗੱਲ ਆ, ਤੁਹਾਡੀ ਆਵਾਜ਼ ਬਹੁਤ ਸੋਹਣੀ ਆ, ਵਧੀਆ ਵਧੀਆ ਗਾਣੇ ਗਾਇਓ ਅਤੇ ਸਿੰਗਿੰਗ ਲਾਈਨ 'ਚ ਅੱਗੇ ਜਾਇਓ, ਘਰ ਦਾ ਨਾਂ ਰੋਸ਼ਨ ਕਰੋ, ਸਕੂਲ ਦਾ ਨਾਂ ਅਤੇ ਤੁਹਾਡਾ ਆਪਣਾ ਨਾਂ, ਠੀਕ ਹੈ? ਸੋ ਜ਼ੋਰਦਾਰ ਤਾੜੀਆਂ ਇਸ ਭੈਣ ਲਈ। ਵਾਹ ਜੀ ਵਾਹ, ਆ ਜਾਓ। ਠੀਕ ਹੋ? ਯੈਸ ਸਰ। ਵੈਰੀ ਗੁੱਡ ਬੇਟਾ। ਤੁਹਾਨੂੰ ਤਿਆਰ ਕਿਹਨੇ ਕੀਤਾ ਇੰਨਾ ਸੋਹਣਾ? ਮੰਮਾ ਨੇ। ਹਾਏ, ਮੰਮਾ ਨੇ ਬਹੁਤ ਸੋਹਣਾ ਤਿਆਰ ਕੀਤਾ ਪੁੱਤ ਤੁਹਾਨੂੰ। ਹੁਣ ਕੀ ਕਰਕੇ ਦਿਖਾਓਗੇ? ਡਾਂਸ। ਕਿਹੜੇ ਗਾਣੇ ਤੇ? ਲਹਿੰਗੇ ਤੇ। ਲਹਿੰਗੇ ਵੀ ਡਾਂਸ ਕਰੋਗੇ? ਯੈਸ ਸਰ। ਬੇਟਾ ਲਹਿੰਗਾ ਛੋਟਾ ਹੁੰਦਾ ਹੈਗਾ, ਤੇ ਤੁਸੀਂ ਅੱਗੇ ਲਾਂਗੇ ਫੇਰ ਧਰਤੀ ਤੇ ਕਰਾਂਗੇ ਆਪਾਂ, ਠੀਕ ਹੈ? ਹਾਂਜੀ ਹਾਂ, ਲਾ ਦਿਓ ਜੀ ਗਾਣਾ। ਬਹੁਤ ਸੋਹਣਾ ਡਾਂਸ ਤੁਹਾਡਾ, ਹੈ ਨਾ? ਕਿਹਨੇ ਤਿਆਰ ਕਰਾਇਆ ਡਾਂਸ? ਮੈਮ ਨੇ। ਉਹ ਤਾਂ ਬਹੁਤ ਸੋਹਣਾ ਡਾਂਸ ਕਰਾਇਆ, ਹੈ ਨਾ? ਵੱਡੇ ਹੋ ਕੇ ਕੀ ਬਣੋਗੇ? ਸੋਚਿਆ ਨੀ? ਚੱਲ ਘਰ ਜਾ ਕੇ ਸੋਚ ਲਈ, ਠੀਕ ਆ? ਫਿਰ ਕੱਲ੍ਹ ਨੂੰ ਦੱਸੇਂਗੇ ਮੈਨੂੰ? ਪੱਕਾ ਦੱਸ ਜੀ, ਪੱਕਾ? ਠੀਕ ਆ, ਚਲੋ ਠੀਕ ਆ। ਜ਼ੋਰਦਾਰ ਤਾੜੀ ਇਸ ਬੱਚੇ ਲਈ, ਥੈਂਕ ਯੂ ਪੁੱਤ। ਕੀ ਕਰਕੇ ਦਿਖਾਓਗੇ? ਭੰਗੜਾ। ਕਿਹੜੇ ਗਾਣੇ ਤੇ? ਹੈ ਅਸ਼ਕੇ। ਹੈ ਵੀ ਅਸ਼ਕੇ? ਅਸ਼ਕੇ। ਅਸ਼ਕੇ ਤੁਸੀਂ? ਸਰ ਮਾਈ ਨੇਮ ਇਜ਼ ਰਿਸ਼ਮਨਜੋਤ ਸਿੰਘ। ਹਾਂਜੀ। ਭੰਗੜਾ ਕਰਨਾ ਹੈ। ਕਿਹੜੇ ਗਾਣੇ ਤੇ? ਅਸ਼ਕੇ ਤੇ। ਇਕੱਠੇ ਕਰੋਗੇ? ਕੀ ਬਾਤ, ਅਸ਼ਕੇ ਲਾਓ ਜੀ ਗਾਣਾ। ਵਾਹ ਜੀ ਵਾਹ, ਕਿਆ ਬਾਤ ਆ, ਜ਼ੋਰਦਾਰ ਤਾੜੀਆਂ ਨੇ ਭਰਾਵਾਂ ਲਈ। ਸੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਹਾਂਜੀ। ਕੀ ਕਰਕੇ ਖਾਓਗੇ? ਮੈਂ ਡਾਂਸ। ਕੌਣ ਸੀ ਗਾਣੇ ਵੀ ਡਾਂਸ? ਝਾਂਜਰ। ਸੋ ਲਾਓ ਜੀ ਗਾਣਾ ਝਾਂਜਰ ਗਾਣਾ। ਸੋ ਬੱਚੇ ਦਾ ਡਾਂਸ ਦੇਖਦੇ ਆਪਾਂ ਬੇਟਾ, ਕੀ ਜਾ ਜੋ ਇੱਥੇ। ਇੱਕ ਬਰਾਤ ਹੋਰ ਆਈ ਸੀ। ਇਹ 5-7 ਕੁ ਜਵਾਕ ਉਹ ਨੇ ਜਿਹੜੇ ਵੱਡੇ ਹੋ ਕੇ ਉਹ ਬਣਦੇ ਨੇ ਵੀ ਜਿਹਦਾ ਮਰਜ਼ੀ ਵਿਆਹ ਹੋਵੇ ਬੁਲਾਇਆ ਤੇ ਨਹੀਂ, ਚਲੋ ਵਿਆਹ 'ਚ ਚੱਲੀਏ। ਅਸੀਂ ਵੀ ਗਈ ਸੀ ਕਿਰਾਂ, ਕੁੱਟੇ ਬਹੁਤ ਸੀ, ਮਤਲਬ ਬਚਤ ਰਹਿ ਗਈ ਸੀ। ਆਹ ਬੰਦਾ ਹੋਇਆ ਇੱਕ, ਆ ਇੱਕ, ਆ ਇੱਕ, ਆ ਇਹ ਚਾਰੇ ਪੱਕੇ ਨੇ, ਲਿਖ ਕੇ ਲੈ ਲਓ ਜਦੋਂ ਹੈਂ ਉਹ ਲੀਕ ਇੱਥੋਂ ਖਰਚਾ। ਬੇਟੇ ਤੁਸੀਂ ਤਾਂ ਨਹੀਂ ਹਰੇਕ ਵਿਆਹ 'ਚ ਜਾਂਦੇ? ਹਾਂ।
ਆ ਦੇਖ ਹਰੇ ਖੜ ਜਾ ਫੌਜੀ ਬੈਂਡ ਬਾਜਾ ਮੇਰੀ ਗੱਲ ਸੁਣੋ ਤੁਹਾਨੂੰ ਵਿਆਹ 'ਚ ਬੁਲਾਇਆ ਸੀ ਅਗਲੇ ਨੇ ਤੁਹਾਨੂੰ ਬੁਲਾਇਆ ਸੀ ਹੈਂ ਤੂੰ ਨਾ ਸਿਰ ਨਾਲ ਮਰ ਜਾਂਦਾ ਕਹੀ ਹਾਂ ਜਾਂਦਾ ਯਾਰ ਕਾਰਡ ਕਿੱਥੇ ਹੈ ਅੱਛਾ ਚਲੋ ਕੋਈ ਨੀ ਜ਼ੋਰਦਾਰ ਤਾੜੀਆਂ ਨਾ ਬੱਚਿਆਂ ਲਈ ਥੈਂਕ ਯੂ ਪੁੱਤ ਬਹੁਤ ਸੋਹਣਾ ਕੀਤਾ ਥੈਂਕ ਯੂ ਹਾਂਜੀ ਪੁੱਤ ਕੀ ਨਾਮ ਹੈ ਕਰਮਨਪ੍ਰੀਤ ਕੌਰ ਕੀ ਕਰਕੇ ਦਿਖਾਓਗੇ ਬੋਲੀ ਪਾ ਕੇ ਦਿਖਾਓ ਪੁੱਤ ਚਲੋ ਬੋਲੀ ਮੈਂ ਗਈ ਸੀ ਮੇਲੇ ਚੁੱਡੂ ਮਗਰੇ ਮਗਰੇ ਆ ਗਿਆ ਮੈਂ ਕਾਦੀਆਂ ਗੱਲਾਂ ਚੁੱਡੂ ਗੋਲ ਗੱਪੇ ਖਾ ਗਿਆ ਨੀ ਫਿਰ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਥੈਂਕ ਯੂ ਬੇਟਾ ਥੈਂਕ ਯੂ ਜ਼ੋਰਦਾਰ ਤਾੜੀਆਂ ਨਾ ਬੱਚਿਆਂ ਲਈ ਸੋ ਹਾਂਜੀ ਅੱਧੀ ਛੁੱਟੀ ਸਾਰੀ ਦਿਨ ਰੌਣਕਾਂ ਐਵੇਂ ਲੱਗਣਗੀਆਂ ਤੁਸੀਂ ਕਿਤੇ ਨਹੀਂ ਜਾਣਾ ਐਮਐਚ1 ਤੇ ਲਾ ਕੇ ਰੱਖਿਓ ਬੇਟੇ ਕਿਉਂਕਿ ਮਿਲਦੇ ਹਾਂ ਇੱਕ ਛੋਟੀ ਜੀ ਸੋ ਹਾਂਜੀ ਨਜ਼ਾਰਾ ਬਹੁਤ ਆ ਰਿਹਾ ਇੰਜੋਏ ਫੁੱਲ ਹੋ ਰਿਹਾ ਹੈ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ ਸੋ ਆਪਣਾ ਇਹ ਪ੍ਰੋਗਰਾਮ ਅੱਧੀ ਛੁੱਟੀ ਸਾਰੀ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 7 ਵਜੇ ਚੱਲਦਾ ਹੁੰਦਾ ਰਿਪੀਟ ਚੱਲਦਾ ਸੰਡੇ ਨੂੰ ਸ਼ਾਮ ਨੂੰ 6 ਵਜੇ ਅਤੇ ਜਿਹੜੇ ਬਾਕੀ ਦੇ ਐਪੀਸੋਡ ਹੁੰਦੇ ਨੇਗੇ ਉਹ ਯੂਟਿਊਬ ਉੱਪਰ ਤੁਸੀਂ ਅੱਧੀ ਛੁੱਟੀ ਸਾਰੀ ਭਰ ਕੇ ਸਰਚ ਕਰ ਸਕਦੇ ਹੋ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਸਕੂਲਾਂ ਦੇ ਵਿੱਚ ਅਸੀਂ ਆਈਏ ਬੱਚਿਆਂ ਨਾਲ ਗੱਲਾਂ ਬਾਤਾਂ ਕਰੀਏ ਇੰਜੋਏ ਕਰੀਏ ਤਾਂ ਸਾਨੂੰ ਫੋਨ ਮੈਸੇਜ ਜਾਂ ਸਾਨੂੰ ਇੰਸਟਾਗ੍ਰਾਮ 'ਤੇ ਐਮਐਚ1 ਦੇ ਅਫੀਸ਼ੀਅਲ ਪੇਜ 'ਤੇ ਜਾ ਕੇ ਤੁਸੀਂ ਮੈਸੇਜ ਕਰੋ ਅਸੀਂ ਤੁਹਾਡੇ ਸਕੂਲਾਂ ਵਿੱਚ ਵੀ ਆਵਾਂਗੇ ਇੰਜੋਏ ਕਰਾਂਗੇ ਅੱਧੀ ਛੁੱਟੀ ਸਾਰੀ ਜਾਂ ਰੌਣਕਾਂ ਲਾਵਾਂਗੇ ਸੋ ਬੇਟਾ ਇੱਕ ਵਾਰ ਜ਼ੋਰਦਾਰ ਤਾੜੀਆਂ ਅੱਧੀ ਛੁੱਟੀ ਸਾਰੀ ਲਈ ਸੋ ਹਾਂਜੀ ਇਸ ਤੋਂ ਬਾਅਦ ਆਪਾਂ ਪ੍ਰਿੰਸੀਪਲ ਸਰ ਜੀ ਨੂੰ ਆਪਾਂ ਬੁਲਾਵਾਂਗੇ ਅਤੇ ਉਹ ਸਕੂਲ ਬਾਰੇ ਸਾਨੂੰ ਦੋ ਸ਼ਬਦ ਬੋਲਣਗੇ ਸੋ ਹਾਂਜੀ ਪ੍ਰਿੰਸੀਪਲ ਸਰ ਬੇਟਾ ਜ਼ੋਰਦਾਰ ਤਾੜੀਆਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਵੈਰੀ ਫਾਈਨ ਸਰ ਹਾਂਜੀ ਸਰ ਸਭ ਤੋਂ ਪਹਿਲੇ ਤੋਂ ਮੈਂ ਦਾ ਹੈਰੀਟੇਜ ਸਕੂਲ ਮੇ ਇਹ ਜੋ ਹਮਾਰੀ MH1 ਕੀ ਬੀਪਨ ਜੋਸ਼ੀ ਸਰ ਕੀ ਟੀਮ ਆਈ ਹੈ ਸਭ ਤੋਂ ਪਹਿਲੇ ਤੋਂ ਮੈਂ ਉਨਕੋ ਐਪਰੀਸ਼ੀਏਟ ਕਰਨਾ ਚਾਹੂੰਗਾ ਕਿਉਂਕਿ ਆਜ ਕੇ ਸਮੇਂ ਮੇ ਬੱਚੋਂ ਮੇ ਹਿਡਨ ਟੈਲੈਂਟ ਬਹੁਤ ਹੈ ਜੀ ਮਤਲਬ ਮੌਕਾ ਨਹੀਂ ਮਿਲਤਾ ਕਿ ਬੱਚਾ ਆਪਣਾ ਟੈਲੈਂਟ ਦਿਖਾ ਸਕੇ ਕੁਛ ਬੱਚੇ ਸਲੋ ਲਰਨਰਸ ਹੋ ਜਾਤੇ ਹੈ ਕਿਸੀ ਵੀ ਕਾਰਨ ਸੇ ਆਈ ਐਮ ਨੋਟ ਸੇਇੰਗ ਕਿ ਵੋ ਵੀਕ ਹੈ ਲੇਕਿਨ ਹਰ ਬੱਚੇ ਮੇ ਕੋਈ ਨਾ ਕੋਈ ਟੈਲੈਂਟ ਹੋਤਾ ਹੈ ਅਪਾਰਟ ਫਰੋਮ ਸਟੱਡੀਜ਼ ਤੋ MH1 ਕੀ ਇਹ ਟੀਮ ਬਹੁਤ ਅੱਛਾ ਪਲੈਟਫਾਰਮ ਬੱਚੋਂ ਕੋ ਦੇ ਰਹੀ ਹੈ ਸਭਸੇ ਪਹਿਲੇ ਇਨਕੇ ਲੀਏ ਜ਼ੋਰਦਾਰ ਤਾਲੀ ਜਿਸ ਪਲੈਟਫਾਰਮ ਪੇ ਆਜ ਹਮ ਖੜੇ ਹੈ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ ਤੋ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਫਰੋਮ ਅ ਸਕੂਲ ਸਾਈਡ ਕਿ ਬਹੁਤ ਆਸਾਨ ਹੈ ਸਕੂਲ ਮੇ ਸਟੂਡੈਂਟਸ ਕੀ ਐਂਟਰੀ ਹੋ ਜਾਣਾ ਫਿਰ ਟੀਚਰਸ ਕੋ ਇੱਕ ਸਿਲੇਬਸ ਦੇ ਦੇਣਾ ਔਰ ਫਿਰ ਉਸ ਸਿਲੇਬਸ ਕਾ ਟੀਚਰ ਕਾ ਆਪਣੇ ਸਾਥ ਸ਼ੇਅਰ ਕਰਨਾ ਫਿਰ ਪੇਪਰ ਹੋ ਜਾਣੇ ਐਗਜ਼ਾਮ ਹੋ ਜਾਣਾ ਔਰ ਰਿਜ਼ਲਟ ਆ ਜਾਣਾ ਦੈਟਸ ਆਲ ਪਰ ਆਜ ਕੇ ਸਮੇਂ ਮੇ ਇਹ ਜੋ ਸਿਰਫ ਐਜੂਕੇਸ਼ਨ ਕੀ ਰਿਕੁਆਇਰਮੈਂਟ ਹੈ ਉਸਸੇ ਹੀ ਸਫੀਸ਼ੀਐਂਟ ਕਾਮ ਨਹੀਂ ਹੋਣੇ ਵਾਲਾ ਬਿਕੋਜ਼ ਵੀ ਆਲ ਨੋ ਹਰ ਫੀਲਡ ਮੇ ਕੰਪਟੀਸ਼ਨ ਹੈ ਔਰ ਉਸ ਕੰਪਟੀਸ਼ਨ ਮੇ ਫਾਈਟ ਕਰਨੇ ਕੇ ਲੀਏ ਵੀ ਰਿਕੁਆਇਰਡ ਰੀਅਲ ਐਜੂਕੇਸ਼ਨ ਤੋ ਉਸੀ ਚੀਜ਼ ਕੋ ਬੇਸ ਬਣਾ ਕੇ ਵੀ ਇਨ ਆਰ ਸਕੂਲ ਵੀ ਆਲਰੇਡੀ ਫੋਲੋ ਸਮ ਪ੍ਰੈਕਟੀਕਲ ਥਿੰਗਸ ਲਾਈਕ ਹਰ ਕੰਸੈਪਟ ਹਰ ਸਬਜੈਕਟ ਚਾਹੇ ਵੋ ਇੰਗਲਿਸ਼ ਹਿੰਦੀ ਪੰਜਾਬੀ ਮਿਊਜ਼ਿਕ ਵਟ ਐਵਰ ਆਲ ਸਬਜੈਕਟਸ ਹਮ ਟਰਾਈ ਕਰ ਰਹੇ ਹਾਂ ਆਲਰੇਡੀ ਆਪ ਹਮਾਰੇ ਸ਼ੂਟ ਮੇ ਆਲਰੇਡੀ ਦੇਖ ਵੀ ਸਕਤੇ ਹੋ ਕਿ ਹਰ ਕੰਸੈਪਟ ਕੋ ਐਕਟੀਵਿਟੀਜ਼ ਕੇ ਥਰੂ ਪੜ੍ਹਾਇਆ ਜਾ ਰਿਹਾ ਹੈ ਤਾਂ ਕਿ ਬੱਚੇ ਇਸ ਕੋ ਕ੍ਰੈਮ ਨਾ ਕਰੇ ਉਨਕੋ ਹਰਟਡਲੀ ਸਮਝੇ ਪ੍ਰੈਕਟੀਕਲ ਨੌਲੇਜ ਕੇ ਸਾਥ ਆਪਣੇ ਬੇਸ ਕੰਸੈਪਟ ਕਲੀਅਰ ਕਰੇ ਸੋ ਦਿਸ ਇਜ਼ ਆਲ ਅਬਾਊਟ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਭਰਾ ਹਾਂਜੀ ਹਾਂਜੀ ਤੁਸੀਂ ਕਿਹੜੇ ਸਬਜੈਕਟ ਨੂੰ ਇੱਥੇ ਜਾਂ ਕੀ ਟੀਚ ਕਰਦੇ ਹੋ ਬੱਚਿਆਂ ਨੂੰ SST SST ਓਕੇ 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 ਅਤੇ ਸਾਨੂੰ ਹੁਣ ਕੀ ਸੁਣਾਓਗੇ ਦੋ ਸ਼ਬਦ ਗਾਣਾ ਜਾਂ ਕੋਈ ਬੋਲ ਕੁਛ ਵੀ ਗਾਣਾ ਸੁਣਾਓ ਆਉਣ ਦੋ ਜੀ ਗਾਣਾ ਆਉਣ ਦੋ ਨੀ ਮੈਂ ਤੇਰੇ ਨਾਲ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾ ਕੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ ਨੀ ਮੈਂ
ਨੀ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਇੱਥੇ ਕੋਈ ਨਾ ਮਿਲਦਾ ਨੀ ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਬਹੁਤ ਸੋਹਣੀ ਆਵਾਜ਼ ਤੁਹਾਡੀ ਜੀ ਤੇ ਕਿਵੇਂ ਤੁਸੀਂ ਪਹਿਲਾਂ ਤਾਂ ਛੋਟੇ ਹੁੰਦੇ ਸੀ ਕੋਈ ਸ਼ੌਂਕ ਜਾਂ ਕੁਝ ਸਿੱਖਿਆ ਹੋਇਆ ਮੈਂ ਆਪ ਬਾਜੇ ਜੱਡਾਣੇ ਸੀ ਜਦੋਂ ਦਾ ਮੈਂ ਬਾਜਾ ਵਜਾਉਂਦਾ ਹੈ ਜੀ ਜਦੋਂ ਮੈਂ ਆਪ ਬਾਜੇ ਜੱਡਾਣੇ ਸੀ ਜਦੋਂ ਦਾ ਬਾਜਾ ਵਜਾਉਂਦਾ ਅੱਛਾ ਜਦੋਂ ਸਹੀ ਗੱਲ ਹੈ ਵਧੀਆ ਗੱਲ ਆ ਤੁਹਾਡੇ ਚਾਹ ਕਲਾ ਬਹੁਤ ਸੋਹਣੀ ਹੈ ਪਰਮਾਤਮਾ ਮਿਹਰ ਕਰੇ ਤੁਸੀਂ ਵੀ ਵਧੀਆ ਖੇਤਰ 'ਚ ਜਾਓ ਅੱਗੇ ਤੇ ਹੋਰ ਕੋਈ ਦੋ ਸ਼ਬਦ ਕੁਛ ਬੋਲਣਾ ਹੋਵੇ ਬਸ ਥੈਂਕ ਯੂ ਸੋ ਥੈਂਕ ਯੂ ਸਰ ਜ਼ੋਰਦਾਰ ਤਾੜੀਆਂ ਬੇਟਾ ਸਰ ਹੋਰਾਂ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਆਹ ਇਹ ਤੁਹਾਡੇ ਲਈ ਕਿਆ ਬਾਤ ਹੈ ਜੀ ਬਹੁਤ ਸੋਹਣਾ ਸਰ ਨੇ ਸਕੈਚ ਬਣਾਇਆ ਸੋ ਅੱਧੀ ਛੁੱਟੀ ਸਾਰੀ ਲਿਖ ਕੇ ਆਪਣੀ ਫੋਟੋ 'ਤੇ ਸੋ ਜ਼ੋਰਦਾਰ ਤਾੜੀਆਂ ਸਰ ਹੋਰਾਂ ਲਈ ਥੈਂਕ ਯੂ ਜੀ ਥੈਂਕ ਯੂ ਅਤੇ ਦੋ ਸ਼ਬਦ ਕੁਛ ਹੋਰ ਵੀ ਸਾਨੂੰ ਸੁਣਾਓ ਜਾਂ ਬੋਲ ਕੇ ਦਿਖਾਓ ਬਸ ਬੋਲ ਕੇ ਤਾਂ ਇਹੀ ਵੀ ਜਿਵੇਂ ਅੱਜ ਕੱਲ੍ਹ ਇਹ ਪ੍ਰੋਗਰਾਮ ਹੋ ਰਹੇ ਤਾਂ ਸਾਰੇ ਸਕੂਲਾਂ ਵਿੱਚ ਹੋਣੇ ਚਾਹੀਦੇ ਨੇ ਜੀ ਤਾਂ ਕਿ ਜੋ ਬੱਚਿਆਂ ਨੇ ਲੁੱਕ ਐ ਟੈਲੈਂਟ ਉਹ ਲੁੱਕ ਐ ਨਾ ਰਹੇ ਜੀ ਸਾਰਿਆਂ ਦੇ ਸਾਹਮਣੇ ਹੋਵੇ ਜੀ ਸੋ ਥੈਂਕ ਯੂ ਸਰ ਜ਼ੋਰਦਾਰ ਤਾੜੀਆਂ ਸਰ ਹੋਰਾਂ ਲਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਤੁਸੀਂ ਕੀ ਸੁਣਾਓਗੇ ਸਾਨੂੰ ਮੈਂ ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਤੁਹਾਡਾ ਨਾਮ ਗੁਰਪ੍ਰੀਤ ਕੌਰ ਹੈ ਠੀਕ ਹੈ ਜੀ ਮੈਂ ਇੱਕ ਸੌਂਗ ਸੁਣਾਉਣਾ ਚਾਹੁੰਦਾ ਸੁਣਾਓ ਜੀ ਰਲ ਸੰਗ ਕਾਫਲੇ ਦੇ ਬਾਕੀ ਬਨ ਬਿਸਤਰਾ ਕਾਫਲ ਕਈ ਪਹਿਲੀ ਡਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਿਰ ਐ ਸਿਗਨਲ ਹੋਇਆ ਵਾ ਗਾਰਡ ਵਿਸਲਾ ਪਿਆ ਵਜਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਕੀ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਕੀ ਆਵੇ ਇੱਕ ਜਾਵੇ ਕਰਨੂ ਨੇ ਸਾਂਭ ਲਿਆ ਹਾਂ ਹਏ ਕਰਨੂ ਥੈਂਕ ਯੂ ਮੈਮ ਥੈਂਕ ਯੂ ਜ਼ੋਰਦਾਰ ਤਾੜੀਆਂ ਮੈਮ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਰਕੇ ਦਿਖਾਓਗੇ ਸਰ ਸੌਂਗ ਆਉਣ ਦੋ ਜਾਉਣ ਜਿਉਂਦਾ ਰੇ ਲੰਬੀਆਂ ਉਮਰਾਂ ਜੀਵੇ ਪਰਦੇਸੀਆਂ ਤੇਰੇ ਬਿਨ ਸਾਡਾ ਜੀਣਾ ਕੀਵੇ ਪਰਦੇਸੀਆਂ ਅੱਜ ਵੀ ਜਦ ਅੰਬਰ ਉੱਤੇ ਕੁੰਜਾਂ ਕਰ ਲਾਉਂਦੀਆਂ ਮੁੜ ਮੁੜ ਕੇ ਯਾਦਾਂ ਤੁਰ ਕੇ ਸੱਜਣਾ ਦੀਆਂ ਆਉਂਦੀਆਂ ਮੁੜ ਮੁੜ ਕੇ ਯਾਦਾਂ ਤੁਰ ਕੇ ਸੱਜਣਾ ਦੀਆਂ ਆਉਂਦੀਆਂ ਮੁੜ ਮੁੜ ਕੇ ਯਾਦਾਂ ਤੁਰ ਗਏ ਸਾਹਾਂ ਦੀਆਂ ਸਾਂਝਾਂ ਸੱਜਣਾ ਜਿਉਂਦਿਆਂ ਦੇ ਮੇਲੇ ਸੱਜਣਾ ਸਾਹਾਂ ਦੀਆਂ ਸਾਂਝਾਂ ਸੱਜਣਾ ਬੀਤੇ ਹੋਏ ਵੇਲੇ ਸੱਜਣਾ ਬੀਤੇ ਹੋਏ ਵੇਲੇ ਸੱਜਣਾ ਰੇਤੇ ਵਿੱਚ ਰੁੱਲੀਆਂ ਪੈੜਾਂ ਮੁੜ ਕੇ ਨਾ ਧਿਆਉਂਦੀਆਂ ਮੁੜ ਮੁੜ ਕੇ ਯਾਦਾਂ ਤੁਰ ਗਏ ਸੱਜਣਾ ਦੀਆਂ ਆਉਂਦੀਆਂ ਮੁੜ ਮੁੜ ਕੇ ਯਾਦਾਂ ਤੁਰ ਗਏ ਸੱਜਣਾ ਦੀਆਂ ਆਉਂਦੀਆਂ ਮੁੜ ਮੁੜ ਕੇ ਯਾਦਾਂ ਤੁਰ ਗਏ ਥੈਂਕ ਯੂ ਮੈਮ ਸੋ ਬੇਟਾ ਜ਼ੋਰਦਾਰ ਤਾੜੀਆਂ ਪਹਿਲਾਂ ਚੇਅਰਮੈਨ ਸਰ ਲਈ ਛੋਟੇ ਵੀਰ ਬਿਪਨ ਜੋਸ਼ੀ MH1 ਦੀ ਜੋ ਟੀਮ ਤੋਂ ਅੱਧੀ ਛੁੱਟੀ ਸਾਰੀ ਦਾ ਅਤੇ ਬਹੁਤ ਇੱਕ ਟੈਲੈਂਟਡ ਪ੍ਰੋਗਰਾਮ ਬੱਚਿਆਂ ਲਈ ਸਕੂਲ ਦੇ ਵਿੱਚ ਸਾਡੇ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ ਵਿੱਚ ਲੈ ਕੇ ਆਏ ਨੇ ਮੈਂ ਆਪਣੇ ਵੱਲੋਂ ਆਪਣੀ ਮੈਨੇਜਮੈਂਟ ਵੱਲੋਂ ਸਟਾਫ ਵੱਲੋਂ ਅਤੇ ਸਾਰੇ ਸਟੂਡੈਂਟਸ ਵੱਲੋਂ
ਇਹਨਾਂ ਦਾ ਬਹੁਤ ਬਹੁਤ ਜੀ ਆਇਆ ਹੁੰਦਾ, ਬਹੁਤ ਬਹੁਤ ਧੰਨਵਾਦ ਕਹਿੰਦਾ। ਥੈਂਕ ਯੂ ਸਰ, ਥੈਂਕ ਯੂ ਜੀ। ਔਰ ਕਾਮਨਾ ਕਰਦਾ ਹਾਂ ਕਿ ਇਹ ਟੀਮ ਅੱਗੇ ਤੋਂ ਵੀ ਬਹੁਤ ਤਰੱਕੀ ਕਰੇ, ਜਿਸ ਤਰ੍ਹਾਂ ਕਿ ਮੇਰੇ ਪਹਿਲਾਂ ਟੀਚਰਸ ਕਹਿ ਚੁੱਕੇ ਨੇ, ਮੇਰੇ ਪ੍ਰਿੰਸੀਪਲ ਵੀ ਕਹਿ ਚੁੱਕੇ ਨੇ ਕਿ ਸਕੂਲਸ ਕੋਈ ਸਟੱਡੀ ਦਾ ਇੱਕ ਘਰ ਨਹੀਂ ਰਿਹਾ, ਇੱਕ ਮਲਟੀ ਟੈਲੈਂਟਡ ਸੰਸਥਾਵਾਂ ਹੋ ਚੁੱਕੀਆਂ ਜੋ ਹਿਡਨ ਬੱਚਿਆਂ ਦੇ ਵਿੱਚ ਟੈਲੈਂਟ ਨੇ ਉਹਨਾਂ ਨੂੰ ਬਾਹਰ ਲਿਆਉਣ ਦਾ ਇੱਕ ਜ਼ਰੀਆ। ਮੈਂ ਵਿਪਨ ਜੋਸ਼ੀ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਪ੍ਰੋਗਰਾਮ ਦੀ, MH1 ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈਗਾ ਕਿ ਤੁਸੀਂ ਵਿਪਨ ਜੋਸ਼ੀ ਵਰਗਾ ਹੀਰਾ MH1 ਦੀ ਟੀਮ ਨੇ ਲੱਭਿਆ ਹੋਇਆ ਅਤੇ ਜਿਹੜਾ ਸਾਰੇ ਸਕੂਲਾਂ ਨੂੰ ਬਹੁਤ ਇੰਜੋਏ ਹੈ। ਬਹੁਤ ਬਹੁਤ ਧੰਨਵਾਦ।